Okei, okay, aivan kiilää. Pääkin se kyllä ei jää enää. Kyllä. No, bäjä, bäjä. Kada kio nää. Asin gallupati karnaa jää. Koi koolita nii maarnaa jää. Vaisa jää gall khaane naa pavee. Tää vaj vii sakti jää. Tussi kaunu? Chaldiyaan phirdiyaan daltaa. ਜਿਹੜੀਆਂ ਦੋ ਹੀ ਤਰੀਕੇ ਨਾਲ ਫੈਸਲਾ ਕਰਦੀਆਂ ਨੇ ਪਿਆਰ ਨਾਲ ਜਾਂ ਹਥਿਆਰ ਨਾਲ ਵਿਕਰਮ ਸਿੰਘ ਬਾਜਵਾ ਨੂੰ ਜਾਣਦਾ ਹਾਂ ਜਾਣਦਾ ਉਹਦੇ ਕੇਸ 'ਚੋਂ ਪਿਆਰ ਨਾਲ ਪਾਸੇ ਹਟ ਜਾ ਨਹੀਂ ਫਿਰ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗਾ ਪਰ ਕੱਲ ਕੱਲੀ ਮੇਰੇ ਪਿੱਛੇ ਹਟਣ ਦੀ ਨਹੀਂ ਮੇਰੀ ਥਾਂ ਤੇ ਕੋਈ ਹੋਰ ਵਕੀਲ ਆ ਜਾਣਾ ਜੀ ਸਾਰੀ ਗੱਲ ਪੱਤਰਕਾਰ ਦੀ ਗਵਾਹੀ ਤੇ ਖੜੀ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਥੋੜੇ ਹੀ ਸਮੇਂ ਵਿੱਚ ਇਸ ਕਿਤਾਬ ਦਾ ਤੀਜਾ ਐਡੀਸ਼ਨ ਜਾਰੀ ਹੋਇਆ ਲੇਖਕ ਦੇ ਤੌਰ ਤੇ ਤੁਸੀਂ ਆਪਦੇ ਆਪ ਨੂੰ ਕਿੰਨਾ ਸਫਲ ਮੰਨਦੇ ਹੋ ਦੇਖੋ ਜੀ ਪਾਠਕਾਂ ਦਾ ਇੰਨਾ ਪਿਆਰ ਦੇਖ ਕੇ ਚੰਗਾ ਤਾਂ ਬਹੁਤ ਲੱਗ ਰਿਹਾ ਪਰ ਲੇਖਕ ਦੇ ਤੌਰ ਤੇ ਕਿੰਨਾ ਸਫਲ ਹੋ ਪਾਇਆ ਫਿਲਹਾਲ ਇਸ ਬਾਰੇ ਹਲੇ ਕੁਝ ਨਹੀਂ ਕਹਿ ਸਕਦਾ ਪਰ ਹਾਂ ਜਿਸ ਮਕਸਦ ਨੂੰ ਲੈ ਕੇ ਇਹ ਕਿਤਾਬ ਲਿਖੀ ਗਈ ਸੀ ਉਸ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਕਾਮਯਾਬ ਜ਼ਰੂਰ ਹੋਇਆ ਕਿਤਾਬ ਤੋਂ ਹਟ ਕੇ ਇੱਕ ਸਵਾਲ ਹੈ ਤੁਸੀਂ ਬਿਕਰਮ ਸਿੰਘ ਬਾਜਵਾ ਦੇ ਇੰਨੇ ਪਿੱਛੇ ਕਿਉਂ ਪਏ ਪਿੱਛੇ ਪੈਣ ਨੂੰ ਜੀ ਨਾ ਤਾਂ ਮੈਂ ਪੁਲਿਸਾਂ ਤੇ ਨਾ ਹੀ ਕੋਈ ਗੁੰਡਾ ਮੈਂ ਤਾਂ ਸਿਰਫ ਆਪਣਾ ਫਰਜ਼ ਨਿਭਾ ਰਿਹਾ ਮੇਰੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਆ ਮੈਂ ਤਾਂ ਹਰ ਉਸ ਵਿਅਕਤੀ ਦੇ ਖਿਲਾਫ ਹਾਂ ਜਿਹਦੇ ਤੋਂ ਸਾਡੇ ਸਮਾਜ ਤੇ ਜਵਾਨੀ ਨੂੰ ਖਤਰਾ ਹੈ ਤੇ ਜਿਹਦੇ ਤੋਂ ਸਾਨੂੰ ਖਤਰਾ ਹੈ ਤੇ ਉਸ ਖਿਲਾਫ ਆਵਾਜ਼ ਚੁੱਕਣਾ ਸਿਰਫ ਮੇਰਾ ਨਹੀਂ ਤੁਹਾਡੀ ਸਾਰਿਆਂ ਦੀ ਕਲਮ ਦਾ ਫਰਜ਼ ਬਣਦਾ ਹੈ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰ ਤੁਸੀਂ ਸੁਰੱਖਿਆ ਲੈਣ ਤੋਂ ਮਨਾ ਕਿਉਂ ਕਰਦੇ ਹੋ ਜਦੋਂ ਖੰਜਰਾਂ ਦੀ ਤੁਰ ਪਏ ਫਿਰ ਜ਼ਖਮਾਂ ਦਾ ਕੀ ਡਰ ਨਾਲੇ ਸੱਚ ਝੂਠ ਨਿਤਾਰਾ ਤਾਂ ਅਦਾਲਤ ਨੇ ਕਰਨਾ ਮੈਂ ਤਾਂ ਸਿਰਫ ਇੱਕ ਜ਼ਰੀਆ ਅੱਜ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਲੇਖਕ ਤੇ ਪੱਤਰਕਾਰ ਮਿੰਟੂ ਗੁਰਸਰੀਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਮੰਤਰੀ ਵਿਕਰਮ ਸਿੰਘ ਬਾਜਵਾ ਸਮੇਤ ਹਰ ਉਸ ਵਿਅਕਤੀ ਦੇ ਖਿਲਾਫ ਉਹ ਲੜਾਈ ਲੜ ਰਹੇ ਨੇ ਜਿਹੜੇ ਸਮਾਜ ਲਈ ਖਤਰਾ ਹਨ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਕਿਸੇ ਖਾਸ ਵਿਅਕਤੀ ਨਾਲ ਉਹਨਾਂ ਦੀ ਕੋਈ ਲੜਾਈ ਨਹੀਂ ਹੈ ਪਰ ਇਸ ਵੇਲੇ ਉਹਨਾਂ ਨੇ ਮੰਤਰੀ ਬਾਜਵਾ ਦੇ ਖਿਲਾਫ ਨਸ਼ਾ ਤਸਕਰੀ ਦੇ ਮੁੱਦੇ ਨੂੰ ਲੈ ਕੇ ਲੜਾਈ ਕੀਤੀ ਹੋਈ ਹੁਣ ਦੇਖਣਾ ਇਹ ਹੈ ਕਿ ਇਹ ਲੜਾਈ ਕਿਉਂ ਫਜੀਤ ਆਇਆ ਨਹੀਂ ਹੈ ਬੰਦਾ ਕਿਸੇ ਵੀ ਲੋਟ ਨਾ ਪੈਸੇ ਲਏ ਨਾ ਧਮਕੀ ਤੋਂ ਡਰਿਆ ਕੀ ਕਰੀਏ ਇਹਦਾ ਜੇ ਆਉਂਦੇ ਹੋ ਤਾਂ ਫਿਰ ਕੋਈ ਪੱਕਾ ਹੀ ਹੱਲ ਕਰ ਦਿੰਦੇ ਹਾਂ ਨਾ ਸਾਲਾ ਲਿਖੋ ਤੇ ਨਾ ਬੋਲੋ ਇਹ ਕੰਮ ਨਹੀਂ ਕਰਨਾ ਨਾ ਸਿੱਧਾ ਮੇਰਾ ਲੱਗੂ ਅਪੋਜੀਸ਼ਨ ਵਾਲੇ ਤਾਂ ਪਹਿਲਾਂ ਹੀ ਬਹਾਨੇ ਲੱਭਦੇ ਫਿਰਦੇ ਆ ਇਹਦੀ ਤਾਂ ਕੋਈ ਐਸੀ ਕੁੰਡੀ ਲੱਭਣੀ ਪੈਣੀ ਆ ਜਿਹੜੀ ਇਹਨੂੰ ਮਜਬੂਰ ਕਰ ਦੇਵੇ ਮੇਰੇ ਮੋਹਰੇ ਹੱਥ ਬੰਨ ਕੇ ਖੜ ਲਈ ਡਰ ਤਾਂ ਨਹੀਂ ਲੱਗ ਰਿਹਾ ਪੱਤਰਕਾਰਾ ਡਰ ਤਾਂ ਉਹਨੂੰ ਹੁੰਦਾ ਜਿਹੜਾ ਇੱਕ ਨਿਹੱਥੇ ਬੰਦੇ ਨੂੰ 20-20 ਬੰਦਿਆਂ ਨਾਲ ਘੇਰਦਾ ਗੱਲ ਕਰਨਾ ਮੇਰਾ ਸਟਾਈਲ ਨਹੀਂ ਭਾਵ ਦੀ ਗੱਲ ਗੋਲੀ ਤੇ ਸ਼ੁਰੂ ਹੁੰਦੀ ਆ ਤੇ ਗੋਲੀ ਤੇ ਖਤਮ ਜਿੰਨਾ ਮਾਲਕਾਂ ਦੇ ਸਿਰ ਤੇ ਤੂੰ ਲੋਕਾਂ ਦੀ ਮੌਤ ਤੇ ਜ਼ਿੰਦਗੀ ਦਾ ਫੈਸਲਾ ਕਰਦਾ ਹੈ ਨਾ ਭਾਉ ਇੱਕ ਦਿਨ ਉਹੀ ਮਾਲਕ ਤੇਰੀ ਮੌਤ ਦੇ ਵਰੰਟ ਕੱਢਣਗੇ ਜੇ ਦਿਮਾਗ ਘੁੰਮ ਗਿਆ ਨਾ ਤਾਂ ਸਾਲੇ ਨੂੰ ਇੱਥੇ ਠੋਕ ਦੂੰ ਹੂੰ
ਇਹ ਤੇਰੀ ਘਰ ਵਾਲੀ ਤੇਰਾ ਜਵਾਕ ਤੇ ਤੇਰੀ ਮਾਂ ਇਹ ਇਸ ਵੇਲੇ ਕਿੰਨੇ ਕੁ ਸਾਹ ਲੈਣ ਡਏ ਨੇ ਇਹ ਵੀ ਮੈਨੂੰ ਪਤਾ ਤੂੰ ਚਾਹੁੰਦਾ ਕੀ ਹੈ ਹੁਣ ਤੇਰੇ ਘਰਦਿਆਂ ਦੀ ਜ਼ਿੰਦਗੀ ਦਾ ਫੈਸਲਾ ਤੇਰੇ ਹੱਥ ਚ ਆ ਕੋਰਟ ਚ ਗਵਾਹੀ ਮੰਤਰੀ ਦੇ ਹੱਕ ਚ ਦਈ ਨਾਲੇ ਅੱਜ ਦੀ ਚਾਹ ਤੇਰੇ ਘਰ ਪਏ ਹਾਂ ਸਾਲ ਹੋ ਗਏ ਭਾਉ ਤੇਰੇ ਨਾਲ ਕੰਮ ਕਰਦਿਆਂ ਨੂੰ ਤੇਰਾ ਨਾਂ ਸੁਣ ਕੇ ਲੋਕਾਂ ਦੇ ਸਾਹ ਸੁੱਕਦੇ ਵੇਖੇ ਮੈਂ ਇਹ ਪਹਿਲਾ ਬੰਦਾ ਜਿਹੜਾ ਤੇ ਤੂੰ ਨਹੀਂ ਡਰਿਆ ਬੈਕਸ਼ ਦੇ ਕੀ ਆ ਕੋਈ ਸਬੂਤ ਸਬਾਤ ਨਹੀਂ ਉਹ ਭਾਉ ਇਹ ਤਾਂ ਮੰਤਰੀ ਦੀ ਸਾਰੀ ਕੁੰਡਲੀ ਚੱਕੀ ਫਿਰਦਾ ਆ ਕੀ ਹੈ ਲੇਖਕ ਮਿੰਟੂ ਗੁਰਸਰੀਆ ਆ ਤਾਂ ਲੱਗਦਾ ਆਪਦੀ ਕੋਈ ਜੀਵਨੀ ਜੂਨੀ ਲਿਖੀ ਬੈਠਾ ਪੜ੍ਹਾ ਭਲਾ ਕੀ ਲਿਖਿਆ ਸੰਨ 47 ਦੀ ਚੰਦਰੀ ਵੰਡ ਦਾ ਉਹ ਕਾਲਾ ਦੌਰ ਜਦੋਂ ਲੱਖਾਂ ਲੋਕ ਆਪਣੇ ਹੀ ਘਰਾਂ ਚੋਂ ਉੱਜੜ ਕੇ ਬੇਪਛਾਣੀਆਂ ਥਾਵਾਂ ਵੱਲ ਜਾ ਰਹੇ ਸਨ ਉਦੋਂ ਹੀ ਸਾਡੇ ਬਜ਼ੁਰਗ ਵੀ ਪਾਕਿਸਤਾਨ ਦੇ ਰਾਜਾ ਜੰਗ ਪਿੰਡ ਚੋਂ ਉੱਜੜ ਕੇ ਗੁਰੂ ਸਰ ਯੋਧਾ ਆ ਬੈਠੇ ਪਾਕਿਸਤਾਨ 'ਚ ਸਾਡੇ ਬਜ਼ੁਰਗਾਂ ਕੋਲ 200 ਘੁਮਾ ਪੈਲੀ ਸੀ ਜਿਹੜੀ ਇੱਧਰ ਕਾਟ ਲੱਗ ਕੇ 50 ਏਕੜ ਰਹਿ ਗਏ ਮੇਰਾ ਦਾਦਾ ਅਜੀਤ ਸਿੰਘ ਮਸ਼ਹੂਰ ਬਲੈਕੀਆ ਅਤੇ 10 ਨੰਬਰੀਆ ਸੀ ਅਤੇ ਉਹਨਾਂ ਦੀਆਂ ਪੈੜਾਂ 'ਤੇ ਤੁਰਦਿਆਂ ਮੇਰੇ ਬਾਪੂ ਅਤੇ ਤਾਏ ਨੇ ਵੀ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਰਾਤ ਵੇਲੇ ਪਾਕਿਸਤਾਨ ਜਾ ਵੜਦੇ ਅਤੇ ਸੂਰਜ ਦੀ ਪਹਿਲੀ ਪੌਂ ਫੁੱਟਣ ਤੋਂ ਪਹਿਲਾਂ ਮੂੰਹ ਹਨੇਰੇ ਕੱਚੀ ਰਾਤ ਸੀ ਬਾਰਡਰ ਦੀ ਤਾਰ ਹੇਠ ਕਈ ਨਾਲ ਪੁੱਟ ਕੇ ਬਣਾਈ ਸੁਰੰਗ ਵਿੱਚ ਦੀ ਚੜ੍ਹਦੇ ਪੰਜਾਬ ਆ ਵੜਦੇ ਨਸ਼ੇ ਦੇ ਕੰਮ ਨਾਲ 2 ਨੰਬਰ ਦਾ ਪੈਸਾ ਆਉਣ ਲੱਗ ਪਿਆ ਅਤੇ ਅਸਲੇ ਦੀ ਵੀ ਪਰਮਾਰ ਹੋ ਗਈ ਫਿਰ ਪੁਲਿਸ ਨਾਲ ਪਿਆਰ ਪੈਣਾ ਤਾਂ ਸੁਭਾਵਕ ਹੀ ਸੀ ਪੁਲਿਸ ਅਕਸਰ ਹੀ ਸਾਡੇ ਘਰ ਨੂੰ ਘੇਰਾ ਪਾਈ ਰੱਖਦੀ ਪਰ ਬਾਪੂ ਹੁਣੀ ਧੌਣ ਨੀਵੀਂ ਕਰਕੇ ਹੱਥ ਖੜੇ ਕਰਨ ਦੀ ਬਜਾਏ ਛਿਗਰੇ ਦਾ ਸਬੂਤ ਦਿੰਦੇ ਅਤੇ ਪੁਲਿਸ ਦਾ ਡਟ ਕੇ ਮੁਕਾਬਲਾ ਕਰਦੇ ਉਹਨਾਂ ਦੀ ਇਸ ਦਲੇਰੀ ਨੇ ਸਾਡੇ ਪਰਿਵਾਰ ਦੀ ਅੱਲ ਡਾਕੂਆਂ ਦੀ ਪਾ ਦਿੱਤੀ ਇਹਨਾਂ ਹੀ ਡਾਕੂਆਂ ਦੇ ਘਰ 11 ਸਾਉਣ 1979 ਨੂੰ ਮੈਂ ਪਹਿਲੀ ਕਿਲਕਾਰੀ ਮਾਰੀ ਵਧਾਈਆਂ ਬਲਦੇਵ ਸਿੰਘ ਤੈਨੂੰ ਉਹ ਤੈਨੂੰ ਵਧਾਈਆਂ ਬੰਸੋ ਲਿਆ ਵੀ ਮੇਰਾ ਸ਼ੇਰ ਪੁੱਤ ਉਹ ਬੱਲੇ 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 ਆ ਲੈ ਵੀ ਲੈ 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 ਉਹ ਦੁਸ਼ਮਣ ਕੋ ਲੱਗ ਗਿਆ ਉਹ ਰੋਣ ਕੋ ਲੱਗ ਗਿਆ ਪੁੱਤ ਓਏ ਰੋਵੇ ਨਾ ਤਾਂ ਹੋਰ ਕੀ ਕਰੇ ਹੱਥਾਂ 'ਚ ਤਾਂ ਫੀਮ ਦਾ ਮੁਸ਼ਕ ਵੜਿਆ ਪਿਆ ਜੱਟਾਂ ਦੀ ਸ਼ਰੀਕੇ 'ਚ ਲਾਗ ਡਾਟ ਹੋਣੀ ਆਮ ਗੱਲ ਹੈ ਅਤੇ ਕਦੇ ਨਾ ਕਦੇ ਲੜਾਈ ਵੀ ਜ਼ਰੂਰ ਹੁੰਦੀ ਆ ਉਹ ਵੀ ਕੋਈ ਆਮ ਖਾਸ ਨਹੀਂ ਜਦੋਂ ਹੁੰਦੀ ਆ ਫਿਰ ਪੀੜ੍ਹੀਆਂ ਤੱਕ ਚੱਲਦੀ ਆ ਅੰਬ ਪੱਕੇ ਖਰਬੂਜੇ ਹੂਟੇ ਮਾਟੇ ਕਿੱਦਾਂ ਬਾਈ ਟਰੈਕਟਰ ਲੈਣ ਆਇਆ ਉਹ ਪੱਠਿਆਂ ਦੇ ਵਾਲ ਚ ਸੁਹਾਗਾ ਫੇਰਨ ਵਾਲਾ ਰਹਿ ਗਿਆ ਘੰਟੇ ਦਾ ਕੰਮ ਹੈ ਮੈਂ ਆਪੇ ਘਰੇ ਖੜਾ ਆਉਂ ਉਹ ਘੰਟੇ ਘੁੰਟੇ ਕਿਨੇ ਦੇਖੇ ਨੇ ਮੈਂ ਤਾਂ ਹੁਣੇ ਲੈ ਕੇ ਜਾਣਾ ਉਹ ਨਾਲੇ ਗੱਲ ਸੁਣਾ ਮੈਂ ਇੱਥੇ ਕੋਈ ਤਰਲੇ ਤੁਰਲੇ ਨਹੀਂ ਕਰਨਾ ਆ ਆਪਦਾ ਸੰਦ ਲੈਣ ਆਇਆ
मालक तो मैं भी हाँ सूबा सह मेरा भी अद्धा ट्रैक्टर चेरी तू आप तो जेल चला जाएगा पर असी तो रुड़ जाएंगे ना नाल जी दे पीछे मर मरान नु फिरदा ओ तेरी मजराई है अपनी भी हुण ते साडे पियो दी है ना पिंड च तौण चका के जीण नालो रोणा चंगा है ना जी तन्नू मेरी सा लगे चला भाई चल देखते हां पहला सोचना मत्था टेक दे माता जिंदे रहो पुत बल्ले मैं थोनू पछाणिया नहीं कौन हो तुसी घर दे मुंडे हैं माता पुत ना की है थोड़ा घबरा ना माता मिंटू दे वेली हां साडा ही काम गया कहंदा सी मेरे आन तक घरे बह जियो माता मिंटू कहंदा है चाह बड़ी स्वाद बनाने तुसी बनाओ हां कुट कुट ਪੂਆ ਦੇ ਕਤਲ ਵਾਲੇ ਮਾਮਲੇ 'ਚ ਬਾਪੂ ਤੇ ਤਾਏ ਨੂੰ ਕੈਦ ਹੋ ਗਏ ਉਸ ਮਗਰੋਂ ਬੇਬੇ ਤੇ ਹੀ ਕਬੀਲਦਾਰੀ ਦਾ ਸਾਰਾ ਬੋਝ ਪੈ ਗਿਆ ਘਰ ਦੇ ਹਾਲਾਤ ਬਿਲਕੁਲ ਵੀ ਠੀਕ ਨਹੀਂ ਸਨ ਪਰ ਜੱਟਾਂ ਦੀ ਧੀ ਨੇ ਸਿਦਕ ਨਹੀਂ ਹਾਰਿਆ ਉਹ ਲੋਕਾਂ ਦੇ ਖੇਤਾਂ 'ਚ ਕੰਮ ਕਰ ਕਰਕੇ ਸਾਨੂੰ ਪਾਲਦੀ ਰਹੀ ਅਤੇ ਇੰਨੀ ਔਖਾਂ ਦੇ ਬਾਵਜੂਦ ਵੀ ਉਹਨੇ ਬਾਪੂ ਹੋਣਾ ਦੇ ਕੇਸ ਦੀ ਪੈਰਵਾਈ ਨਹੀਂ ਛੱਡੀ ਉਹ ਹਰ ਪੇਸ਼ੀ ਦੇ ਸ਼ਹਿਰ ਜਾਂਦੀ ਅਤੇ ਆ ਕੇ ਹੜ੍ਹ ਦੀਆਂ ਧੁੱਪਾਂ 'ਚ ਦੋ ਦੋ ਮੀਲ ਦੂਰੋਂ ਕੱਖ ਖੋਦ ਕੇ ਲਿਆਉਂਦੀ ਉਹਦੇ ਸਿਰ 'ਤੇ ਰੱਖੀ ਕੱਖਾਂ ਦੀ ਭਾਰੀ ਪੰਡ ਮੈਨੂੰ ਉਹਦੀ ਜ਼ਿੰਦਗੀ ਤੇ ਪਏ ਬੋਝ ਦਾ ਅਹਿਸਾਸ ਕਰਾਉਂਦੀ ਬੇਬੇ ਦੀ ਹਾਲਤ ਵੇਖ ਕੇ ਮੈਨੂੰ ਤਰਸ ਆਉਂਦਾ ਮੇਰੀ ਜਿੰਨੀ ਕਵਾਹ ਲੱਗਦੀ ਮੈਂ ਕੰਮ 'ਚ ਬੇਬੇ ਦਾ ਹੱਥ ਵਟਾਉਣ ਦੀ ਕੋਸ਼ਿਸ਼ ਕਰਦਾ ਪਰ ਬਾਪੂ ਜੇਲੋਂ ਬਾਹਰ ਆ ਕੇ ਘਰ ਨਾਲੋਂ ਜਿਵੇਂ ਟੁੱਟ ਹੀ ਗਿਆ ਸੀ ਬੇਬੇ ਸਾਰਾ ਦਿਨ ਕੰਮ ਕਰ ਕਰਕੇ ਵੱਖੀਆਂ ਚੜਾਉਂਦੀ ਰਹਿੰਦੀ ਤੇ ਬਾਪੂ ਉਹ ਬੇਬੇ ਦੀ ਕੋਈ ਮਦਦ ਕਰਨ ਦੀ ਬਜਾਏ ਨਸ਼ਾ ਕਰਕੇ ਸਾਰਾ ਦਿਨ ਚਿੱਟੇ ਪਾ ਕੇ ਘੁੰਮਦਾ ਰਹਿੰਦਾ ਉਹਨੂੰ ਦੇਖ ਕੇ ਮੈਨੂੰ ਚੀਂ ਚੜਦੀ ਚੱਲ ਬਸ ਪੁੱਤ ਤੂੰ ਜਾ ਵੜ ਹੁਣ ਤੇਰੀ ਸਕੂਲ ਵਾਲੀ ਬੱਸ ਲੰਘ ਜੂ
बाकी रुग मैं आपे ला लनी है। जा मेरा पुत्त, रोटी वाला डब्बा ना भूल जी। ठीक है बीबी। चल पे पुत्र। डब्बा रखा सी मैं एक हैथी होना जिथे रखिया सी इत्थे तां है नहीं। मिंटू तां नहीं लै गया? मिंटू टिफिन च की लै गया है? लून वाली परौंठियां। वेखी मैनू भुख बहुत लगी है। क्यों तू खा के नहीं आया करो? ना यार, बीबी नू ताप चढ़िया वे, उन्ने चाह मसा बनाई है ते रोटी पकी हुई। अच्छा मैं देना, तू आ मेरी परौंठियां खा ला। ओए आ गई चक लिया। ओए ओए मेरी बेबे कहंदी हुंदी है ए बहुत गलत चीज हुंदी है, मेरा बापू खांदा सी। ओए की थप्पाई है, की आ ओए इहदे च? माल तां खरा लगदा है, वधिया झट लगू है तां। किन्ना दा मुंडा तू? चुप कर जा, मुंह तोड़। थप्पाई खरी यार, गल सुन। हाँ? कबड्डी ना मेरे लू कंडे खड़े कर देंदी है। अच्छा? ओए जेलू दे भी कर देंदी सी छोरा। ओए तेरा प्यो चोटी दा रेडर सी, मगर मेलियां च चारे पासे जेलू पलवान हुंदी सी। है ओए की पुछदा है पुत्रा, है इलाके च फुल चढ़ाई सी जट दी, मगर ओदे बराबर नहीं सी भाई कोई। ओए आता तेनु की दसा पुत्रा, पतंदर नू पुठे कम्मा ने खराब करता, नहीं ता क्या सोनी काठी सी जवान दी है। आ ओए पड़ाए अशाबाश, ओके रे कर ले। बीबी बापू कबड्डी खेडदा हुंदा सी? तू चुप करके रोटी खा ले, ठंडी होई जांदी है। तारी दा प्यो दादा सी कहंदा तेरे बापू दी बहुत चढ़ाई सी, मैं भी कबड्डी खेडन जाया करूं, देखी बापू जी नी टोर हो मेरी भी। तू चुप करके रोटी खाना का नहीं, कबड्डी खेडूगा है बड़ा पहलवान, जिहो जे लल्लर प्यो ने लाते ओहो जे तू ला लेगा। मैं ता खेडूं। तू मैं तो कुछ होर ना ले ली, बड़ा प्यो दा चेचला। ओ की पकाई मरी जानी तू ओए। बापू मैं कबड्डी खेडनी है, बीबी मना कर दी है। ओ बल्ले खेडन दे मेरे शेर नू, चल बस कल तो कर दे जोर मारने शुरू। एदा की आदा पांव दी नहीं। ठीक है। ओ गल सुनो, आ मर्जू जे शरीर ना नहीं गल बननी, कबड्डी खुराक मंगदी है तो बल के खानी पऊ। हाँ बापू। ते अगली सवेर तो बापू मेरा कोच बन गया, ओ हर रोज सवेरे मेनू ग्राउंड लै जांदा ते कसरत कराउंदा, कबड्डी दे दापे सिखाउंदा। शायद बापू नू मेरे अंदर अपना आप नजर आउंदा सी, कबड्डी लई मेरी दृढ़ता देख के उन्हों अपनी जवानी पैरे मर चुके खिडारी दे जिउंदा होण दी आस बज्जी सी। अच्छा बाशा ओप्पा भाई बल्ले, स्वाद ले आता के क्यों पलवान दिया, निकल दिए ना कंड। पर एक गल है, आ रुपए के शोर दे वर्गा कोई जवान नहीं है। देख 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 नेरी है पतंदर नेरी। ओ शाबाश है ओ चक दे शेरा। ओ शाबाश है ओ बल्ले 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 बल्ले। ओप्पा तू किधर है? ओ पहला पिंजरियां दा भालण दंदा कच्चा ही तुरया है। आ जा फिर मित्या, हथौली रखी ते एवें ना जवाग जा चिपड़ा को फुट दे। चलो भगवान दे शुभ चक। ओए क्या बात है तेरा, बल्ला 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 बल्ला। क्यों बाबा निकल की फिर कांड पूरी के आले चक नाम? ना बाबा मैं नहीं पींदा। ओ पीला पीला आ ता सुखी पंजीरी आ, हां पीला पीला हां खिच तेंज। 14 साल दी उम्र च
एक 70 साल के बुढ़े ने मैनू पहली बार नशे का स्वाद चखाया। फिर लड़ाई हो गई किसी नाल? ना बोलदा नहीं। फेल हो गया पेपरां चो। फेल ता तू होना ही सी, लक्षण सी तेरे फेल होण दे। सारा सारा साल तू किताब नहीं चखदा, होर खेल ले तू कबड्डियां। ओ बाप बीबी, ओ बीबी कान ना पड़दी, ओ फर्स्ट डिवीजन आई है मेरी। ठहर जा, ना मां नाल मशखरी है। बीबी पढ़ाता ना उल्लू। ओ बीबी, हां बापू नु कह दे मैं मलोट पढ़न लगना। पढ़न ता लग जी मलोट, पर शर्त है मेरी कबड्डी ना छड्डी। मेरी बस निकल गई सी तां लेट हो गई जी। मैं फिर आई को साहब, एक मौका जी, ऑलराउंडर जी मैं। अगले साल आई। चलो वे मुंडे हो साला, बिल्ले ही बघियाण बनाया फिरदा है। तुगनी फीस साला, जिप्सी च पेट्रोल ना पाऊं मैं। प्रधान साहब, मैनू लगदा आपां नूं शरीर बनाउणा पऊगा। कबड्डी जान मंगदी है जान। को साहब, आपदे सब तो तगड़े खिडारी नाल पढ़ा के देख लो जी। अच्छा, इह तां सारे अग दियां नाला, तू पाला जी नूं हत्थ पाउणा है। बोलता नहीं क्या? हाँ भी प्रधान, कहावत सुनी है मौत नू मासी कहना। आहो, पेपर च ओही तां आउंदी हुंदी सी, अज फिर सच हुंदी देख। आजा बस, वेरी गुड भाई खिडारी, चंगा खेडता है। आ जा कर कल तो। लिया नहीं फिर है। शाबाश, मैं तो देख के पछाण गया सी भी शोर च दम है। अच्छा, ये रोमी ते आ बाबा। रोमी मिंटू, चंगा खेडे बिल्ले, तेन तो मिल गया तेरा जोड़ीदार। हूं टायो गर्द। ओ गर्द ठाउन हड़ंबा लाया यार इन्होंने।
ओ खड़ारी साहब किधर मेरे पिंड चले सी ओ पिंड की करना यार आ तेनू गड्डी मरा के ले आवां साडे कॉलेज आजा आजा चल और सर वधिया वीर बब्बू मान सुने का कि तंगीला जेड़ा दिल करदा ओ लाला अड़ी बंदा दा तू हैगा कम दा हुण तेनू असी करांगे प्रमोट चल पहला तेनू साडे वाले कॉलेज दे नजारे दिखाउणा चला जा वाह तो सुरगी आ इतने तो सारी पेंट वाली क्यों तू तो चलिया सी पिंड दे टोबे च वड़न लियांदा ना फिर बीच ते मार तारियां मैं माड़ा जिहा समान लेके आया चंगा मिंटू सिया तू तो नेरे च फिरदा रहा असली नजारे तो इत्थे आ चको भी मुंडियो लै थारे मारे लै प्रधान लै फड़ लिया लै भी मिंटू मेरे अपना सिगरट सुगरट तक ठीक है आ दारू नहीं कदे ओ पाप लगू तेनू पाया पैग नहीं मुड़ी जाऊंदा लै फड़ मैं सच्ची कहना यार मैं अज तक कदे पीती नहीं है लै अजे तो चुंगड़िया च पापा पींदे रहे है ना वो कदे भी ताई आऊ जे हुण भोग लाएगा लै फड़ ना नहीं वीरे नहीं पहला घोड़ा तो गा सकना का दारू वार मिंटू दे यारा मिंटू पैग लाउन लगे आ देसी ओ तुसी भी गाओ इसने थोड़ी जही प्याद मारे मित्रा जो पहली बार ही पीन लाग रहा किलो ले बीर ले फट चक दे फटे ओ नहीं ले फट ओ नहीं कुछ नहीं 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 चक दे फटे लंगे 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 भाई शाबाश चंदियो चक दे मुंडियो यस प्रधान साहब यस ओ चीर दी नहीं साफ कर दी ये ओ भाई मेरा भी पा दो तेरा नाम है जग भरदा ओ ना यार पा दे नु जवाक ले गला च हां 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 पा देने आ तारे मारे हाउ कट फिर बची वाला ग्लास ए बे आ गई बे इनु मैं अपने हाथा नाल पैग बना के दस कहे जा पीना थोड़ा जा वद पादा है ना बस बहुत पानी दस मेनू आले फट बस 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 आजा हाँ। मेरा वीर आजा अखा बंद कर ले दो बूंद जिंदगी की वत पाके बैठी हूं जराबी बंदा डिग पैंदा हुंदा आजा 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 बहुत अच्छे सीख गया बहुत अच्छे वीर बहुत अच्छे सीख जांदा हुंदा बंदा चल सीधा यार दारू जी पीके तो घूमन घेरिया बहुत आंदियां ऐ लगता जिम्मे बंदा चंडोली बैठा हुंदा दारू पीण दा इको फायदा बंदे नू फ्री च झूठे मिल जांदे आ प्यार भी बहुत आउंदा बंदे नू हाय कोई ना बंदा हवा च बैठा चुम्मिया ही ले जांदा हुंदा हावे रोमे यार मेरी ओदे नाल वीरे गल ही करा दे यार ओ कुड़ी ने अज ਕਾਲ ਜਿਹਾ ਕੱਟ ਕੇ ਲੈ ਗਈ ਉਹ ਜੰਗਲੀ ਆਓ ਪਰਿੰਡਾ ਦੀ ਖੱਖਰ ਨੂੰ ਹੱਥ ਪਾਉਣ ਨੂੰ ਫਿਰਦਾ ਏ ਕਿਹੜੀ ਪਰਿੰਡ ਗਿੱਲ ਰੱਜੀ ਅੱਛਾ ਅੱਛਾ ਆਹ ਰੱਜੀ ਨਿਆ ਵੀਰ ਆਓ ਨਾ ਫਸਾਂ ਕਿਸੇ ਗੱਲ ਕਿਉਂ ਬਹੁਤ ਆਕੜਾ ਉਸ ਮਾਤਾ ਜੇ ਜੱਟ ਨੇ ਬੰਨਤੀ
ਫਿਰ ਓ ਹੈਲੋ ਆਕੜ ਹੈ ਮਿਸ਼ਰੀ ਨਹੀਂ ਹੈ ਹਾਏ ਓਏ ਉਹਦਾ ਮੇਰੀ ਮਿਸ਼ਰੀ ਹੈ ਮਿਸ਼ਰੀ ਓਏ ਮਿੰਟੂ ਓਏ ਬੰਦਾ ਫੜ ਮੇਰਾ ਕਿਉਂ ਸੋਸ਼ਣ ਰਿਹਾ ਕਰੀ ਇਹਨਾਂ ਤੂੰ ਯਾਰ ਕੱਲ ਨੂੰ ਜਾ ਕੇ ਮਿਲਿਆ ਉਹਨੂੰ ਹੋਰ ਪਲਿਆ ਵਾਲਾ ਕੀ ਲਿਸਣਾ ਓ ਜੰਗਲੀ ਹੋ ਗਿਆ ਹੁਣ ਜੀ ਅੰਦਰ ਟਾਈਮ ਇਹਦਾ ਆ ਜਾ ਫੇਰ ਨੂੰ ਉੱਠ ਕਰੂ ਇਹ ਲਗਾ ਨਾ ਕੀ ਗੱਲ ਹੋ ਗਈ ਵੀਰੇ ਯਾਰ ਬਾਈ ਤੁਸੀਂ ਧੱਕੇ ਨਾਲ ਹੀ ਲੰਘ ਲੈਣ ਦੋ ਯਾਰ ਐ ਕਿਵੇਂ ਲੰਘ ਲੈਣ ਦੀਏ ਜੱਸੇ ਭਾਈ ਆ ਸਾਡਾ ਐਵੇਂ ਗੱਲ ਨਾ ਵਧਾ ਲਿਓ ਗੱਲ ਤਾਂ ਤੁਸੀਂ ਵਧਾ ਰਹੇ ਹੋ ਕਾਲਜ ਚ ਆਊਟਸਾਈਡਰ ਚੱਕੀ ਫਿਰਦੇ ਹੋ ਨਾਲੇ ਕੁੜੀਆਂ ਛੇੜਦੇ ਹੋ ਗੱਲ ਤਾਂ ਹੁਣ ਵਧੂ ਐਡੀ ਵੀ ਗੱਲ ਨਾ ਇੰਟਾਂ ਤਾਂ ਬਰੋਬਰੀ ਚੱਲਣਗੀਆਂ ਗਰਾਊਂਡ 'ਚ ਤਾਂ ਜ਼ੋਰ ਲੱਗਦਾ ਨਹੀਂ ਤੁਹਾਡੇ ਤੋਂ ਕੋਈ ਨਾ ਐਤਕੀ ਇੱਕ ਅੱਧੇ ਨੂੰ ਕੰਡਮ ਕਰਕੇ ਤੁਰਾਂਗੇ ਦੇਖ ਲਾਂਗੇ ਓਏ ਕੌਣ ਕਿਹਨੂੰ ਕੰਡਮ ਕਰਦਾ ਚਲੋ ਸ਼ੇਰਾ ਕੌਣ ਸੀ ਯਾਰ ਇਹ ਧੱਕੇ ਨਾਲ ਹੀ ਗੱਲ ਪੈਂਦੇ ਸੀ ਉਹ ਬਠਿੰਡੇ ਗਰੁੱਪ ਵਾਲੇ ਨੇ ਸਾਡੀ ਇਹਨਾਂ ਨਾਲ ਬਣਦੀ ਨਹੀਂ ਸਾਨੂੰ ਤਾਂ ਨਹੀਂ ਸਾਲੇ ਸਿੱਧੇ ਟੱਕਰਦੇ ਬਸ ਤੈਨੂੰ ਨਵਾਂ ਜਿਹਾ ਦੇ ਕੇ ਹਵਾ ਕਰਨ ਲੱਗ ਗਏ ਗੱਲ ਯਾਰ ਕੁਛ ਨਹੀਂ ਬਾਬਾ ਬੁੱਲੇ ਸ਼ਾਹ ਦੇ ਮੇਲੇ 'ਤੇ ਕਬੱਡੀ ਕੱਪ ਹੋਣਾ ਚਾਰ ਸਾਲਾਂ ਤੋਂ ਇਹਨਾਂ ਦੇ ਗਰੁੱਪ ਦੀ ਟੀਮ ਜਿੱਦ ਹੀ ਆਉਂਦੀ ਤਾਂ ਕਰਕੇ ਸਾਲੇ ਚਾਂਬਲੇ ਜੇ ਫਿਰਦੇ ਨੇ ਇਸ ਵਾਰ ਇਹਨਾਂ ਨੂੰ ਕੋਈ ਹਰਾ ਦੇਵੇ ਨਾ ਸਵਾਦ ਆ ਜੇ ਫਿਰ ਤਾਂ ਕੋਈ ਹੋਰ ਕਿਉਂ ਯਾਰ ਆਪਾਂ ਹਰਾਵਾਂ ਅਰੁਣ ਤੈਨੂੰ ਕੀ ਲੱਗਦਾ ਐਤਕੀ ਕੱਪ ਕੌਣ ਜਿੱਤੂ ਮੇਲੇ ਹੋਰਾਂ ਦੀ ਟੀਮ 'ਚ ਨਵਾਂ ਖਿਡਾਰੀ ਆਇਆ ਸੁਣਿਆ ਕਹਿ ਮੈਂ ਬੰਦਾ ਬਾਕੀ ਦੇਖਦੇ ਹਾਂ ਮੇਲੇ 'ਚ ਕੀ ਹੁੰਦਾ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਛ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਸੋ ਬਾਬਾ ਬੁੱਲੇ ਸ਼ਾਹ ਦਾ ਮੇਲਾ ਇਸ ਵੇਲੇ ਆਪਾਂ ਮਨਾ ਰਹੇ ਹਾਂ ਤੇ ਪੰਜਵਾਂ ਕਬੱਡੀ ਕੱਪ ਇਸ ਵੇਲੇ ਹੋਣ ਜਾ ਰਿਹਾ ਤੇ ਫਾਈਨਲ ਮੈਚ ਅੱਜ ਬਠਿੰਡਾ ਤੇ ਲੁਧਿਆਣਾ ਦੀਆਂ ਟੀਮਾਂ ਦੇ ਵਿਚਾਲੇ ਹੋਣ ਜਾ ਰਿਹਾ ਤੇ ਇਸ ਦੇ ਨਾਲ ਹੀ ਸਾਡੇ ਵੱਡੇ ਬਾਈ ਜੀ ਪੰਜਾਬ ਪਾਰਟੀ ਦੇ ਯੂਥ ਆਗੂ ਰਣਦੀਪ ਸਿੰਘ ਰਾਣਾ ਜੀ ਵੀ ਪਹੁੰਚ ਚੁੱਕੇ ਨੇ ਸਾਡੀ ਕਮੇਟੀ ਫੁੱਲਾਂ ਨਾਲ ਇਹਨਾਂ ਦਾ ਸਵਾਗਤ ਕਰ ਰਹੀ ਹੈ ਸੋ ਤਾੜੀਆਂ ਜ਼ਰੂਰ ਮਾਰਦੇ ਮੇਰੇ ਵੀਰਿਓ ਰੈਫਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਮੈਚ ਨੂੰ ਸ਼ੁਰੂ ਕਰਵਾਇਆ ਜਾਵੇ ਤੇ ਅਸੀਂ ਰਾਣਾ ਸਾਹਿਬ ਦੀ ਇਜਾਜ਼ਤ ਚਾਹਾਂਗੇ ਮੈਚ ਸ਼ੁਰੂ ਕਰਵਾਉਣ ਲਈ ਸ਼ੁਕਰੀਆ ਸੋ ਕਹਿੰਦੀ ਮੇਲੇ ਵਿੱਚ ਉੱਡਦੀ ਮੈਂ ਧੂੜ ਦੇਖਣੀ ਲੈ ਜਾਵੇ ਮਾਈਆ ਮੈਨੂੰ ਬਾਬੇ ਬੁੱਲੇ ਦੇ ਮੇਲੇ ਮੈਂ ਉੱਥੇ ਕੌਡੀ ਪੈਂਦੀ ਜ਼ਰੂਰ ਦੇਖਣੀ ਉੱਥੇ ਕੌਡੀ ਲਓ ਵੀ ਸ਼ੁਕਰੀਓ ਕਰੋ ਸੇ ਹੁਣੇ ਰੁਕ ਜਾ ਇੱਕ ਮਿੰਟ ਇੱਕ ਸ਼ੀਸ਼ੀ ਹੋਰ ਪਾ ਅੱਜ ਵੱਧ ਡੋਜ਼ ਦੀ ਲੋੜ ਆ ਆਹ ਕੀ ਪਈ ਜਾਂਦੇ ਹੋ ਓਏ ਪ੍ਰੋਟੀਨ ਆ ਆਹੀ ਪੀ ਕੇ ਤਾਂ ਤੂੰ ਮੈਚਾਂ 'ਚ ਨੇਰੀ ਬੰਨਦਾ ਰਿਹਾ ਜਾਨ ਹੈ ਮੇਰੇ ਵੀਰੇ ਤੇ ਗੱਭਰੂ ਪਹੁੰਚ ਚੁੱਕੇ ਨੇ ਖੇਡ ਮੈਦਾਨ ਦੇ ਵਿੱਚ ਪਰ ਲੁਧਿਆਣੇ ਵਾਲੇ ਕਿਤੇ ਨਹੀਂ ਦੇਖ ਰਹੇ ਤੇ ਸਾਡੀ ਇਹ ਆਖਰੀ ਵਾਰਨਿੰਗ ਹੈ ਉਹਨਾਂ ਨੂੰ ਕਿ ਜੇ ਉਹ 5 ਮਿੰਟਾਂ 'ਚ ਨਾ ਪਹੁੰਚੇ ਤਾਂ ਟੀਮ ਸਕ੍ਰੈਚ ਕਰ ਦੇਗੇ ਫੇਰ ਨਾ ਕਿਹੋ ਚਲੋ ਛੇਤੀ ਕਰੋ ਯਾਰ ਸਕ੍ਰੈਚ ਹੋ ਜੂਗੀ ਆਪਣੀ ਟੀਮ ਨੂੰ ਬੰਦੀ ਕਰ ਦੋ ਸਟੇਜ ਦੇ ਉੱਤੇ ਕਿਉਂਕਿ ਚਾਹ ਨਾਲ ਸਿਗੜਾ ਰਹਿੰਦਾ ਹੈ ਚਾਹ ਨਾਲ ਗਲਾ ਖੁੱਲਾ ਰਹਿੰਦਾ ਤੇ ਤਾਂ ਹੀ ਕਮੈਂਟਰੀ ਹੁੰਦੀ ਹੈ ਜੇ ਕਮੈਂਟਰੀ ਨੂੰ ਤਾਂ ਮੈਚ ਚੱਲੂਗਾ ਸੋ ਲੁਧਿਆਣੇ ਵਾਲੇ ਵੀ ਪਹੁੰਚ ਗਏ ਨੇ ਖੇਡ ਮੈਦਾਨ ਦੇ ਵਿੱਚ ਕਲੀ ਨੂੰ ਲਾ ਕੇ ਹੱਥ ਟੇਕਦੇ ਆ ਮੱਥਾ ਤੇ ਦੋਵੇਂ ਟੀਮਾਂ ਆਮੋ ਸਾਹਮਣੇ ਹੋ ਗਈਆਂ ਨੇ ਮੁੰਡੇ ਵਰਜਿਸ਼ ਕਰ ਰਹੇ ਨੇ ਵਾਰਮ ਅਪ ਹੋ ਰਹੇ ਨੇ ਦੇਖਦੇ ਆ ਕੌਣ ਐਤਕੀ ਰੈਫਰੀ ਨੇ ਮਾਰੀ ਵਿਸਲ ਤੇ ਇਧਰੋਂ ਬਠਿੰਡੇ ਵਾਲਿਆਂ ਦੀ ਟੀਮ ਵੱਲੋਂ ਚੱਲਿਆ ਗੁਰੀ ਢਿੱਲੋਂ ਰੇਡ ਪਾਉਣ
ਕੱਦ ਦਾ ਭਾਵੇਂ ਛੋਟਾ ਪਰ ਸਕੋਲ ਟਾਈਟਰਾਂ ਕੋਲ ਤਾਕੜਾ ਬਹੁਤ ਆ। ਪੈਰਾਂ ਨਾਲ ਮਿੱਟੀ ਉਡਾ ਕੇ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਬੱਬੀ ਨਾਲ ਪੈ ਗਿਆ ਪੰਗਾ, ਦੇਖਦਾ ਕੌਣ ਲਜਾਂਦਾ। ਦੋਵਾਂ ਦਾ ਜ਼ੋਰ ਲੱਗਿਆ ਹੋਇਆ, ਬੱਬੀ ਰੋਕਣ ਨੂੰ ਫਿਰਦਾ, ਗੁਰੀ ਨਿਕਲ ਨੂੰ ਫਿਰਦਾ, ਮੇਰਾ ਗੱਲ ਨਿਕਲ ਗਿਆ ਬਈ ਨਿਕਲ ਗਿਆ। ਤੇ ਇਧਰੋਂ ਰੇਡ ਪਾਉਣ ਚੱਲਿਆ ਪਿੰਡ ਗੁਰਸਰ ਯੋਧਾ ਦੀ ਧਰਤੀ ਦਾ ਜੰਪਲ ਗੱਭਰੂ ਮਿੰਟੂ। ਇਹ ਮਿੰਟੂ ਜਾ ਰਿਹਾ ਕਦੇ ਸੱਜੇ ਕਦੇ ਖੱਬੇ, ਦੇਖਦਾ ਕੀ ਬਣਦਾ। ਪਾਲਾ ਪੈ ਗਿਆ ਉੱਤੋਂ ਦੀ, ਪਾਲਾ ਘੇਰਨ ਦੀ ਕੋਸ਼ਿਸ਼ ਦੇ ਵਿੱਚ ਜਿਵੇਂ ਪੁਲਸੀਆਂ ਨੇ ਨਾਕਾ ਲਾਇਆ ਹੁੰਦਾ। ਮਿੰਟੂ ਵੀ ਪੂਰੀ ਸਕੀਮ ਲਾ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ। ਇਹ ਲੈ ਗਿਆ ਹੋਇਆ ਗੱਭਰੂ ਮਾਰ ਕੇ ਪੱਟਾਂ ਦੇ ਥਾਪੀ, ਨੰਬਰ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਦਾ ਹੋਇਆ। ਸਦਕੇ ਤੇਰੇ ਜਵਾਨਾਂ, ਸਦਕੇ ਤੇਰੇ ਜਵਾਨਾਂ। ਮੁਕਾਬਲਾ ਪੂਰਾ ਸਖਤ ਹੈ, ਪੁਆਇੰਟ ਇੱਕ ਦਾ ਹੀ ਫਰਕ ਹੈ। ਬਠਿੰਡੇ ਵਾਲੇ ਇੱਕ ਪੁਆਇੰਟ ਅੱਗੇ ਆ, ਤੇ ਇਧਰੋਂ ਬਠਿੰਡੇ ਵੱਲੋਂ ਚੱਲਿਆ ਰੇਡ ਪਾਉਣ ਕਾਲਾ। ਕਾਲਾ ਕਹਿੰਦੇ ਪੂਰੇ ਸਿਰੇ ਦਾ ਖਿਡਾਰੀ ਹੈ, ਪਰ ਪੈ ਗਿਆ ਕਾਕਾ। ਕਾਕੇ ਨੇ ਮਾਰ ਲਈ ਕੈਂਚੀ, ਜਿਵੇਂ ਸਾਗੇ ਚ ਕਾਟੋ ਫਸੀ ਹੁੰਦੀ ਹੈ ਤੇ ਕਾਟੋ ਫਸਾ ਲਈ। ਤੇ ਹੁਣ ਰੇਡ ਪਾਉਣ ਚੱਲਿਆ ਲੁਧਿਆਣੇ ਵਾਲਿਆਂ ਵੱਲੋਂ ਦੁੱਲਾ। ਦੁੱਲਾ ਕਹਿੰਦੇ ਕਿਸੇ ਤੋਂ ਨਹੀਂ ਰੁਕਦਾ। ਇਧਰੋਂ ਦੇਖਦੇ ਆ ਪੈ ਗਿਆ ਨਿੰਮਾ। ਨਿੰਮੇ ਨੇ ਜੰਪ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦੁੱਲਾ ਭੱਜਣ ਨੂੰ ਫਿਰਦਾ। ਨਿੰਮਾ ਕਹਿੰਦਾ ਜਾ ਪੀ ਕੇ ਜਾਈ ਸੋਹਣਿਆ, ਉਹ ਕਹਿੰਦਾ ਮੈਂ ਤਾਂ ਘਰੇ ਜਾ ਕੇ ਪੀਊਂਗਾ। ਦੇਖਦੇ ਆ ਮੰਨਦਾ ਜਾਂ ਫਿਰ ਜਾਂਦਾ, ਮੇਰਾ ਖਿਆਲ ਹੈ ਨਿੰਮੇ ਨੇ ਮਨਾ ਲਿਆ, ਚਾਹ ਪਿਆ ਕੀ ਤੋਰੂਗਾ। ਆਓ ਲੈ ਵੀ ਲੈ ਗਿਆ ਨੰਬਰ ਨਿੰਮਾ। ਤੇ ਇਧਰੋਂ ਚੱਲਿਆ ਬਠਿੰਡੇ ਵਾਲਿਆਂ ਵੱਲੋਂ ਤਾਰੂ। ਤਾਰੂ ਦਾ ਪੈ ਗਿਆ ਸ਼ੇਰੂ ਨਾਲ ਪੰਗਾ, ਸ਼ੇਰੂ ਨਾਲ ਟੌਲੇ ਤੇ ਜਮਾਇਆ ਹੋਇਆ ਸ਼ੇਰ, ਦੇਖਦਾ ਕੀ ਬਣਦਾ। ਪਰ ਬਹੁਤ ਸੌਕ ਨਾਲ ਲੈ ਗਿਆ ਤਾਰੂ ਆਪਣੀ ਟੀਮ ਦੇ ਲਈ ਨੰਬਰ, ਲਿਆ ਸੋਹਣਿਆ ਪਿਆਜਾ। ਹੁਣ ਗਰਾਊਂਡ ਨੂੰ ਟੇਕ ਕੇ ਮੱਥਾ ਰੇਡ ਪਾਉਣ ਚੱਲਿਆ ਬਿੱਲਾ ਕੰਨਪਾੜ। ਜਹਾਜ਼ ਵਾਂਗੂ ਫਲਾਈਆਂ ਹੋਈਆਂ ਬਾਹਾਂ, ਦੇਖਦਾ ਕਿਹੜੀ ਸਵਾਰੀ ਚੜ੍ਹਦੀ ਹੈ ਪਰ ਸਵਾਰੀ ਚੜ੍ਹ ਨਹੀਂ ਦਿੱਤੀ। ਐਵੇਂ ਨੀ ਤੈਨੂੰ ਬਿੱਲਾ ਕੰਨਪਾੜ ਕਹਿੰਦੇ ਮੱਖਣਾ। ਲਓ ਵੀ ਮੈਚ ਆਖਰੀ ਪਲਾਂ ਦੇ ਵਿੱਚ ਪਹੁੰਚਿਆ ਹੋਇਆ ਤੇ ਬਠਿੰਡੇ ਵੱਲੋਂ ਚੱਲਿਆ ਭੋਲਾ। ਭੋਲਾ ਦੇਖਦਾ ਕੀ ਕਰਦਾ, ਦੇਖਦਾ ਕਿਹਦੇ ਨਾਲ ਪੈਂਦਾ ਪੰਗਾ। ਬਾਬੀ ਨੇ ਚੜਾ ਲਿਆ ਹੱਥ ਤੇ ਪੈ ਗਿਆ ਭੋਲੇ ਨੂੰ ਰੋਕਣ ਦੀ ਕੋਸ਼ਿਸ਼, ਪਰ ਹੰਧਿਆਂ ਦੇ ਕੋਲੇ ਜਾ ਕੇ ਡੇਗ ਲਿਆ ਬਾਬੀ ਨੂੰ ਤੇ ਲੈ ਗਿਆ ਭੋਲਾ ਪੁਆਇੰਟ। ਉਹ ਬੱਬੀ ਅੱਜ ਨਹੀਂ ਤੇਰਾ ਦਿਨ ਸੱਜਣਾ, ਤੂੰ ਪਾਰੇ ਮੈਂ ਜਾਣਾ ਸਟੋਪਰ ਬੱਬੀ ਥਾਂ ਤੇ। ਟਰੈਕਟਰ ਖੜਾ ਭਾਈ, ਕਰ ਲੋ ਆਪਦਾ ਪਾਸੇ ਫੇਰ, ਨਾ ਕਿਹੋ ਸਾਡੇ ਵਲੰਟੀਅਰਾਂ ਨੇ ਟਾਇਰ ਖੋਲੇ। ਇਧਰ ਦਰਸ਼ਕ ਵੀਰ ਮੈਚ ਦਾ ਕੀ ਖਾਦਾ, ਚਲੋ ਉੱਥੇ ਜਾ ਕੇ ਖੜ। ਧੁੱਪ ਭਾਵੇਂ ਬਹੁਤ ਹੈ ਪਰ ਮੈਚ ਦਾ ਪੂਰਾ ਸਵਾਦ ਆ ਰਿਹਾ ਹੈ। ਹੁਣ ਰੇਡ ਪਾਉਣ ਜਾ ਰਿਹਾ ਲੁਧਿਆਣੇ ਵੱਲੋਂ ਛਿੰਦਾ। ਛਿੰਦਾ ਦੇਖਦਾ ਕਿਹਦੇ ਨਾਲ ਪਾਉਂਦਾ ਪੰਗਾ, ਰੇਡਰ ਪੂਰਾ ਸਿਰੇ ਦਾ ਹੈ। ਇਧਰੋਂ ਪੈ ਗਿਆ ਬਾਬਾ, ਬਾਬਾ ਪੂਰਾ ਉਹਨੂੰ ਘੁੱਟ ਗਿਆ, ਬਾਹ ਫੜਨ ਦੀ ਕੋਸ਼ਿਸ਼ ਕਰ ਰਿਹਾ, ਗਿੱਟੇ ਨੂੰ ਫੜਨ ਦੀ ਕੋਸ਼ਿਸ਼, ਪਰ ਛਿੰਦਾ ਲੈ ਗਿਆ, ਸਿਰਾ ਲਾ ਗਿਆ, ਜਮੀ ਸਿਰਾ ਲਾ ਗਿਆ। ਤੇ ਹੁਣ ਮੈਚ ਦੀ ਆਖਰੀ ਰੇਡ ਆ, ਪੁਆਇੰਟ ਦੋਹਾਂ ਟੀਮਾਂ ਦੇ ਬਰਾਬਰ ਹੈ। ਗੁਰੀ ਢਿੱਲੋਂ ਚੱਲਿਆ ਰੇਡ ਪਾਉਣ, ਮਿੰਟੂ ਜਾਪ ਤੇ ਖੜ ਗਿਆ। ਮਿੰਟੂ ਪੈ ਗਿਆ ਗੁਰੀ ਨੂੰ ਗਰਦਨ ਫੜਨ ਦੀ ਕੋਸ਼ਿਸ਼ ਹੈ, ਦੋਵੇਂ ਖਿਡਾਰੀਆਂ 'ਚ ਪੂਰਾ ਜ਼ੋਰ ਲੱਗਿਆ ਹੋਇਆ। ਮੈਨੂੰ ਲੱਗਦਾ ਮਿੰਟੂ ਰੱਖੂ, ਪਰ ਗੁਰੀ ਵੀ ਸਿਰੇ ਦਾ ਰੇਡਰ ਹੈ। ਕੀ ਬਣਦਾ ਦੇਖ ਰਿਹਾ ਮੈਚ ਦਾ ਆਖਰੀ ਪਲ, ਦਰਸ਼ਕਾਂ ਦੇ ਸਾਹ ਸੁੱਕੇ ਪਏ ਆ। ਗੁਰੀ ਲਾਈਨ ਨੂੰ ਵਧਣ ਦੀ ਕੋਸ਼ਿਸ਼ ਕਰ ਰਿਹਾ ਪਰ ਮਿੰਟੂ ਨੇ ਪੂਰਾ ਜ਼ੋਰ ਲਾਇਆ ਹੋਇਆ, ਢੂਹੀ ਵੜ ਰੱਖੀ ਆ, ਕਹਿੰਦਾ ਮੈਂ ਨਹੀਂ ਜਾਣ ਦਿੰਦਾ। ਦੇਖ ਰਿਹਾ ਕੀ ਬਣਦਾ, ਉਹ ਮਨਾ ਗਿਆ, ਜਿੱਤ ਗਿਆ ਲੁਧਿਆਣੇ ਵਾਲੇ। 4 ਸਾਲਾਂ 'ਚ ਪਹਿਲੀ ਵਾਰ ਹੋਇਆ ਲੁਧਿਆਣੇ ਵਾਲਿਆਂ ਨੇ ਕੱਪ ਜਿੱਤਿਆ ਤੇ ਬਠਿੰਡੇ ਵਾਲਿਆਂ ਨੂੰ 4 ਸਾਲਾਂ 'ਚ ਪਹਿਲੀ ਵਾਰ ਕਿਸੇ ਟੀਮ ਨੇ ਹਰਾਇਆ। ਜੋਸ਼ ਆ ਮੁੰਡਿਆਂ 'ਚ ਪੂਰਾ, ਸਦਾ ਨਹੀਂ ਰਹਿੰਦੀ ਸਰਦਾਰੀ ਕਾਇਮ ਬੱਲਿਆ, ਬਗਾਨੇ ਪੁੱਤ ਕੱਢ ਦਿੰਦੇ ਵਹਿਮ ਬੱਲਿਆ। ਲੁਧਿਆਣੇ ਵਾਲਿਆਂ ਨੇ ਬਠਿੰਡੇ ਵਾਲਿਆਂ ਨੂੰ ਨਾ ਕਾਹਨੂੰ ਯਾਰ, ਉਹ ਕੋਈ ਚੱਕਰ ਨਹੀਂ, ਕਰਾ ਲਾਂਗੇ ਐਡਮਿਸ਼ਨ। ਕਿਉਂ ਪ੍ਰਧਾਨ ਸਾਹਿਬ, ਹੋਰ ਜਸੇਰਾਂ ਦੀ ਪਿੱਠ ਲਵਾਈ ਆ ਸਾਲੇ, ਝਾਗਾਂਗੇ ਬਿਠਾਤੇ। ਐਕਸਕਿਊਜ਼ ਮੀ, ਸਾਬਣ ਕਾ ਤਾਂ ਪਤਾ ਨਹੀਂ ਪਰ ਇਹ ਸਾਲਾ ਸੱਗੂ ਜ਼ਰੂਰ ਕਿਸੇ ਜਹਾਂ ਮਾਰੇ ਤੇ। ਕੀ ਹੋ ਗਿਆ ਯਾ, ਉਹ ਦੇਖ ਸਾਲਾ ਕਿਤਨਾ ਖੜਾ ਭਰਜਾਈ ਗੈਲ, ਸਾਲਾ ਛਤਰ ਮੁਰਗ ਜਿਹਾ, ਓਏ ਜਣੀ ਖਣੀ ਨੂੰ ਠੁੰਗਾ ਮਾਰ ਲੱਗ ਜਾਂਦਾ ਇਹ। ਕੀ ਕੰਮ ਆਏ ਮਣਾ ਕਲੈਰੀ ਮੋਰ ਜੰਗਲੀ, ਮੁੱਛ ਖੜੀ ਕਰਕੇ ਨਾ ਧੁੰਨੀ ਚ ਮਾਰੀ ਇਹਦੇ, ਤਾਂ ਪਰਵਾਹ ਨਾ ਕਰ ਗੀਲ। ਓਏ ਰੁਕ ਜਾ ਯਾਰ, ਹਰੇਕ ਗੱਲ ਤੇ ਬਰੂਦ ਬਣ ਕੇ ਖੜ ਜਾਂਦੇ, ਹੈਗਾ ਇਹਦਾ ਵੀ ਹੱਲ ਆਪਣੇ ਕੋਲ। ਨੀ ਦਿਲ ਜੋਤ, ਤੇਰੇ ਦਿਲ ਦੀ ਜੋਤ ਜਗਾਉਣ ਆ ਗਿਆ ਤੇਰਾ ਯਾਰ ਸੱਗੂ। ਇਸ਼ਕ ਹੋ ਗਿਆ ਤੇਰੇ ਨਾਲ, ਇਹ ਨਹੀਂ ਛੁੱਟਦਾ ਹੁਣ, ਉਹ ਵਿਆਹ ਕੇ ਲਿਆਉਂ ਤੈਨੂੰ। ਸੱਗੂ ਨਾ ਨਾ, ਮੇਰਾ ਵੀਰੇ ਕੰਮ ਨਹੀਂ ਕਰਨਾ ਸੱਗੂ। ਓਏ ਨਹੀਂ, ਉਹ ਜੱਟ ਡਰਦਾ ਕਿਸੇ ਤੋਂ? ਓਏ ਨਹੀਂ ਡਰਦਾ, ਹਾਂ ਕਰਾ ਕੇ ਜਾਊਂ ਰਹੂ। ਓ ਮੈਂ ਨਹੀਂ ਡਰਦਾ ਵੜਨ ਪੁੜਨ ਤੋਂ, ਚੱਕ ਕੇ ਲਿਆਉਂ ਤੈਨੂੰ। ਆਈ ਲਵ ਯੂ ਮਿੱਠੀਏ ਸੱਗੂ। ਓ ਜੇ ਤੂੰ ਨਾ ਮੰਨੀ
ਚੱਕ ਨਿਕ 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 ਬਾਈ ਇੱਕ ਲਲਕਿਆਰਾ ਨੇਹਾ ਕੇ ਨਾਮ ਪੇ ਮਾਰਦੇ ਹਾਂ ਇੱਥਾ ਹੀ ਰਹਾ 105 ਨੰਬਰ ਕਮਰੇ ਮਾ ਤੂੰ ਥਾਰਿਆ ਮਰਿਆ ਸੜਿਆ ਮਰਾਨਾ ਦੀ ਬੜਦਰ ਓਏ 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 ਵੜਨਾ ਕੀ ਵੜਨ ਓ ਬੈ ਓ ਬੈਠ ਮੈਂ ਵੀ ਓ ਮਰਮਾਰੂ ਸੜੇ ਦੀ ਮੁੱਛ ਤੇ ਓਏ ਚੱਲ ਉਹ ਆ ਗਈ ਸੱਗੂ ਬਾਈ ਜਿੰਦਾਬਾਦ ਸੱਗੂ ਬਾਈ सिक्योरिटी कहाँ मर गए हाँ जी मैडम हाँ जी कहाँ थे तुम कौन थे ये बदतमीज उधर सो गए तुम सोते रहा करो जब देखो ड्यूटी है कोई तुम्हारी बदतमीज कुड़ियां दे हॉस्टल जाके ललकारे मारता सर मैं नहीं मारे जी ललकारे और किसने मारे ललकारे तू ही तो मार रहा था ना सर जी ये तो मुझे भी उठाने की बात कर रहा था अब उठा उठा सर के सामने साडे होते हैं ये के वे चक लूंगा सर एक्सक्यूज मी सर मेरा मतलब मैडम ना बदतमीज मैं तेरा रेस्टिगेट कर दूंगा सर रेस्टिगेट ना करो सर प्लीज सर सर शट अप एंड गेट आउट कॉल योर पेरेंट्स पतंदर तुसी सी यार सगू साहब रज्जी साडी भरजाई है पहला दस देंदे ਹੁਣ ਪਤਾ ਲੱਗ ਗਿਆ ਮਾਫੀ ਮੰਗ ਸੋਰੀ ਯਾਰ ਬਾਈ ਉਹ ਮੈਥੋਂ ਨਹੀਂ ਤੇਰੀ ਭਰਜਾਈ ਤੋਂ ਹੁਣੇ ਮੰਗ ਲੈਨੇ ਆ ਲੈਕਚਰ ਤਾਂ ਮੈਨੂੰ ਵੀ ਬਹੁਤ ਬੋਰ ਕਰਦੇ ਆ ਆਈ ਐਮ ਵੈਰੀ ਸੋਰੀ ਕਿਹੜੀ ਲੈਣੀ ਆ ਦੇਸੀ ਲੈ ਲਾ ਅੰਗਰੇਜ਼ੀ ਵੀ ਕਿਤਾ ਸਾਰਾ ਦਿਨ ਕੱਟੇ ਵਾਂਗੂ ਪੈ ਰਹਿਣਗੇ ਦੇਸੀ ਚੋਂ ਕਿਹੜੀ ਲੈਣੀ ਆ ਸੰਤਰਾ ਦੇਈ ਫਿਰ ਜੀ ਇੱਕ ਹੋਰ ਦੇ ਦੇ ਯਾਰ ਬੱਚੀ ਭੱਜ ਹੋਏ ਜਸੇਵਰੀ ਬੱਚੀ ਨੂੰ ਕੁੱਟ ਰਹੇ ਨੇ ਤੂੰ ਸਾਲਿਆ ਉਹਨੂੰ ਇਕੱਲੇ ਨੂੰ ਛੱਡਿਆ ਜੰਗਲੀ ਉੱਤੇ ਹੋ ਬਾਹਰ ਡਰਪੋਕ ਬੰਦੇ ਲਈ ਕੋਈ ਜਗ੍ਹਾ ਨਹੀਂ ਨਾ ਜਿਪਸੀ ਚ ਨਾ ਦਿਲ ਚ ਮਿੰਟੂ
ਕਿਹੜਾ ਇੰਨਾ ਚ ਬਾਈ ਉਹ ਆ ਸਾਲਾ ਬੱਗਾ ਜਾ ਜੇ ਲੜਦਾ ਨੀ ਨਾ ਇਹਦਾ ਮਤਲਬ ਇਹ ਨੀ ਕਿ ਡਰਪੋਕ ਆ ਮੈਂ ਸੱਚੀ ਦੱਸ ਕਿੱਥੇ ਚੱਲੀ ਆ ਮੇਰੀ ਪ੍ਰੀਤੀ ਸਪਰੂ ਪਿੰਡ ਚੱਲੀ ਆ ਯਾਰ ਛੁੱਟੀਆਂ ਨੇ ਯਾਰ ਇੰਨੇ ਦਿਨ ਤੇਰੇ ਬਿਨ ਮੇਰਾ ਦਿਲ ਕਿਵੇਂ ਲੱਗੂ ਅੱਛਾ ਅੱਛਾ ਸਾਰਾ ਦਿਨ ਤਾਂ ਮੇਰੇ ਕੋਲ ਹੀ ਬੈਠਾ ਰਹਿੰਦਾ ਨਾ ਦਿਲ ਲਗਾਉਣ ਵਾਸਤੇ ਹੈ ਨਾ ਤੇਰੇ ਨਸ਼ੇੜੀ ਦੋਸਤ ਯਾਰ ਤੂੰ ਪਿੰਡ ਜਾਣਾ ਜਾਵੜ ਪਰ ਮੇਰੇ ਦੋਸਤਾਂ ਨੂੰ ਨਸ਼ੇੜੀ ਨਾ ਕਹਿ ਇਹ ਤਾਂ ਵਿਚਾਰੇ ਵੈਸ਼ਨੂ ਨੇ ਪਾਣੀ ਵੀ ਪੁਣ ਪੁਣ ਪੀਂਦੇ ਆ ਸ਼ੀਸ਼ੀ ਖੋਲੀ ਯਾਰ ਪਤਾ ਨਹੀਂ ਕਿਹੜੀ ਲੁੱਕ ਲਾਤੀ ਢੱਕਣ ਨੂੰ ਖੁੱਲਦਾ ਹੀ ਨਹੀਂ ਖੰਘ ਦੀ ਦਵਾਈ ਹੈ ਬਿਮਾਰ ਹੈ ਵਿਚਾਰਾ ਇਹ ਰਾਤ ਦਾ ਚੱਲ ਮੈਂ ਛੱਡ ਕੇ ਆਉਣਾ ਤੈਨੂੰ ਤੂੰ ਇਹਦੀ ਖੰਘ ਠੀਕ ਕਰ ਮੈਂ ਆਪੇ ਚੱਲ ਜਾਊਂ ਓਏ ਜਿਉਂਦੇ ਜੀ ਤਾਂ ਮੈਂ ਛੱਡ ਕੇ ਆਉਂ ਅੱਛਾ ਬਾਏ ਓਕੇ ਓਕੇ ਚੰਗੇ ਦਿਨ ਬਾਏ
ਇੱਧਰ ਜਾਓ, ਅੰਨੇ ਇੱਧਰ ਜਾਓ। ਮੁੰਡੇ ਨੇ ਕੰਮ ਵੀ ਦਲੇਰੀ ਵਾਲਾ ਕੀਤਾ ਫਿਰ। ਬਾਜੀ ਬਾਕੀ ਖਿਆਲ ਤੁਸੀਂ ਰੱਖਣਾ ਹੁਣ। ਬੇਫਿਕਰ ਹੋ ਜਾਓ, ਖੁੱਲੀ ਛੋਟ ਆ ਤੁਹਾਨੂੰ, ਕੋਈ ਤੁਹਾਡੇ ਵੱਲ ਝਾਕਦਾ ਨਹੀਂ। ਤੁਸੀਂ ਮੇਰਾ ਸਾਥ ਦੇਈ ਚੱਲੋ, ਮੈਂ ਤੁਹਾਡਾ ਦੇਈ ਚੱਲੂ, ਕਿਉਂ ਵੀ ਖਿਡਾਰੀ ਠੀਕ ਹੈ ਨਾ ਫਿਰ। ਹਾਂਜੀ ਹੋ ਬੈਲ ਪੁਣੇ ਦੇ ਰਿਕਾਰਡ ਸਾਰੇ ਤੋੜ ਕੇ ਨੇ ਆਉਂਦਿਆਂ ਸਮੇਤ ਬਾਜੀ ਮੋੜ ਕੇ ਵੈਲ ਪੁਣੇ ਦੇ ਟਲੇ ਨੀ ਅੱਜ ਮਰਜ਼ੀ ਦੇ ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਦੇਖ ਮਿੰਟੂ ਇਹਨਾਂ ਕੰਮਾਂ ਚ ਕੁਛ ਨੀ ਰੱਖਿਆ, ਤੂੰ ਛੱਡ ਦੇ। ਤੂੰ ਪਹਿਲਾਂ ਵਾਲੇ ਮਿੰਟੂ ਤੇ ਹੁਣ ਵਾਲੇ ਮਿੰਟੂ ਚ ਵੇਖ ਕਿੰਨਾ ਫਰਕ ਹੈ, ਕਿੰਨਾ ਵਧੀਆ ਪਲੇਅਰ ਸੀ ਤੂੰ। ਤੂੰ ਕਿਉਂ ਆਪਣੇ ਆਪ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ? ਇਹਨਾਂ ਰਾਹਾਂ ਤੇ ਸਿਰਫ ਦੁੱਖ ਤੇ ਤਕਲੀਫ ਹੀ ਮਿਲੂ ਤੇ ਵੇਖੀ ਕਿਤੇ ਆਪਣੇ ਚਾਹਣ ਵਾਲੇ ਨੂੰ ਨਾ ਗਵਾ ਬੈਠੀ। ਮੈਂ ਕਿਹੜਾ ਜਾਣ ਬੁੱਝ ਕੇ ਕਰਦਾ ਰੱਜੀ, ਮੈਂ ਬਹੁਤ ਕੋਸ਼ਿਸ਼ ਕਰਦਾ ਇਹਨਾਂ ਹਾਲਾਤਾਂ ਚੋਂ ਬਾਹਰ ਨਿਕਲਣ ਦੀ, ਪਰ ਨਿਕਲਿਆ ਨਹੀਂ ਜਾਂਦਾ। ਤੇ ਹਾਲਾਤਾਂ ਨੂੰ ਵੀ ਤਾਂ ਤੂੰ ਹੀ ਬਦਲਣਾ ਹੈ ਨਾ। ਤੂੰ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖ, ਮੈਂ ਤੇਰਾ ਸਾਥ ਦਊਂ। ਮੈਂ ਕੋਸ਼ਿਸ਼ ਕਰੂੰ। ਤੇ ਨਾਲ ਇਹ ਹੁਲੀਆ ਵੀ ਚੇਂਜ ਕਰ ਲੈ, ਬਹੁਤ ਫਨੀ ਆ ਇਹਦਾ ਯਾਰ ਸੰਜੇ ਦਾ ਦਾ ਸਟਾਈਲ ਹੈ। ਮਿੰਟੂ ਹਾਂ, ਪਿੰਡ ਜਾਣਾ ਆਪਾਂ। ਕਿਉਂ? ਆਪਣੀ ਸੂਬੇ ਕਹਿਣ ਲੜਾਈ ਹੋ ਗਈ। ਇਹ ਆਖਰੀ ਹੈ ਰੱਜੀ, ਜੇ ਨਾ ਗਿਆ ਤਾਂ ਦਿਲ ਤੇ ਬੋਝ ਰਹੋ। ਟੈਨਸ਼ਨ ਕੀ ਹੈ ਹੁਣ? ਲੱਕੜ ਵੱਡੀ ਸੀ ਨਾ ਲਾਣੇਦਾਰ ਹੋਣਾ ਨੇ, ਸੂਬਾ ਆਪਾਂ ਨੂੰ ਚੱਕ ਨਹੀਂ ਦੇ ਰਿਹਾ। ਮੋਟਰ ਤੇ ਲਾਉਣ ਪਿਆ ਵਾਧੂ। ਲੱਗਦਾ ਸਾਲੇ ਸ਼ੋਰ ਜੀ ਆ ਗਏ। ਛੱਡਿਓ ਨਾ ਚੱਲਣ, ਠੀਕ ਦਿਓ ਭਾਂਦਾ ਸਾਲਾ ਨੂੰ। We'll be right back.
ਜਾਂ ਕਸਰ ਰਹਿ ਗਈ ਹਲੇ? ਕਸਰ ਤਾਂ ਕਦੇ ਛੱਡੀ ਨਹੀਂ ਪੁੱਤ, ਲੱਗਦਾ ਤੇਰੇ ਚ ਹਲੇ ਬਾਕੀ ਹੈ, ਕੱਢਣੀ ਪਊ ਜਿਵੇਂ ਤੇਰੇ ਪਿਓ ਦੀ ਕੱਢੀ ਸੀ। ਅੱਜ ਫਿਰ ਪਿਓ ਦੇ ਪੁੱਤ ਨੂੰ ਮਿਲ। ਹੋਰ ਤਾਂ ਹੋਰ ਆਪਣਾ ਜੰਗਲੀ ਮੰਗਲ ਪਾਂਡੇ ਬਣਿਆ ਫਿਰਦਾ ਸੀ। ਥਵੇਂ ਮਜ਼ਾਕ ਲੱਗ ਰਿਹਾ ਗਿੱਲ, ਚਾਰ ਬੰਦੇ ਫੈਂਟਿਆ ਮਾਨੇ ਅੱਜ। ਚੱਲ ਫਿਰ ਠੀਕ ਹੈ, 15 ਅਗਸਤ ਵਾਲੇ ਦਿਨ ਤੈਨੂੰ ਸਨਮਾਨਿਤ ਕਰ ਦਾਂਗੇ। ਦੇਸ਼ ਭਗਤੀ ਕੀ ਤਰ੍ਹਾਂ ਯਾਰੀ ਭਗਤੀ ਕੀ ਗੱਲ ਆ ਗਿੱਲ? ਯਾਰੀ ਭਗਤੀ ਹੋਏ ਕਿਹੜੇ ਪਹਾੜ ਤੇ ਹੁੰਦੀ ਆ ਗਿੱਲ? ਕੀ ਗਿੱਲ? ਉਹ ਬਾਈ ਜੀ ਤੁਹਾਡੀ ਇਹ ਇੱਛਾ ਵੀ ਪੂਰੀ ਹੋ ਜਾਣੀ ਸੀ ਜੇ ਉਹਨਾਂ ਦਾ ਕੋਈ ਬੰਦਾ ਬੰਦਾ ਮਰ ਜਾਂਦਾ। ਉਹ ਨਾਲੇ ਤੁਸੀਂ ਥੋੜਾ ਹਿਸਾਬ ਨਾਲ ਰਿਹਾ ਕਰੋ, ਇੰਨਾ ਖਲਾਰਾ ਸਾਹਮਣਾ ਬਹੁਤ ਔਖਾ। ਕੀ ਕਰਨਾ ਮਿੰਟੂ, ਕਰਦਿਆਂ ਨੂੰ ਤੰਗ ਕਰਨਗੇ ਸਾਲੇ। ਪੇਸ਼ ਹੋ ਜੀਏ। ਹਾਂ ਕਾਲੇ। ਹਾਂ ਬਾਬੂ, ਪਹੁੰਚ ਗਏ ਅਸੀਂ। ਅੱਛਾ, ਉਹਨੇ ਕੋਈ ਗੜਬੜ ਤਾਂ ਨਹੀਂ ਕੀਤੀ? ਆਏ ਕਿ ਮੈਂ ਕਰ ਦੂ ਗੜਬੜ, ਮੈਨੂੰ ਦੇਖ ਕੇ ਤਾਂ ਇਹ ਸਾਂ ਵੀ ਗਿਣ ਗਿਣ ਕੇ ਲੈ ਰਿਹਾ। ਉਹ ਬਹੁਤ ਹੀ ਸ਼ੇਕੀ ਨਾ ਮਾਰ ਓਏ, ਤੇਰੇ ਵਰਗੇ ਬਥੇਰਾ ਤਾਂ ਸਭ ਬੰਦ ਕਰ ਚੁੱਕਿਆ ਹੈ। ਭਾਊ ਦਾ ਵੀ ਕਰ ਲਿਆ ਮੈਂ ਤੇਲ ਪਾਣੀ ਚੈੱਕ, ਬਸ ਭਾਰੀ ਭਾਰੀ ਡਾਇਲੋਗ ਮਾਰਨ ਵਾਲਾ ਹੀ ਹੈ। ਹੋਏ ਤੋਂ ਡਰੀ ਜਾਂਦਾ ਹੈ, ਐਡਾ ਦੱਸ ਇਹ ਕਿਹੜਾ ਖਿਲਜੀ ਹੈ। ਚੱਲ ਸੂਬੇ ਹੋਣਾਂ ਦੀ ਮਾਰ ਕੁੱਟ ਵਾਲੇ ਮੁਕੱਦਮੇ 'ਚ ਮੈਂ ਅਤੇ ਬੱਬੀ ਆਪੇ ਜਾ ਕੇ ਪੇਸ਼ ਹੋ ਗਏ। ਕੇਸ ਚਾਹੇ ਛੋਟਾ ਸੀ ਪਰ ਸੀ ਕਸੂਤਾ, ਇਸ ਲਈ ਬਾਪੂ ਅਤੇ ਤਾਏ ਨੇ DSP ਨੂੰ ਪੈਸੇ ਚੜ੍ਹਾ ਕੇ ਸਾਡਾ ਨਾਮ 2 ਨੰਬਰ ਖਾਨੇ 'ਚ ਪਵਾ ਦਿੱਤਾ, ਜਿਸ ਕਰਕੇ ਸਾਡੀ ਜ਼ਮਾਨਤ ਛੇਤੀ ਹੋ ਗਈ। ਜ਼ਮਾਨਤ ਤੋਂ ਬਾਅਦ ਮੈਂ ਪਿੰਡ ਜਾਣ ਦੀ ਬਜਾਏ ਸਿੱਧਾ ਮਲੋਟ ਆ ਗਿਆ। ਤੂੰ ਸ਼ਾਮ ਨੂੰ 4 ਵਜੇ ਤੱਕ ਆ ਜਾ ਪੱਕਾ। ਅੱਛੀ ਅੱਛੀ ਅੱਛੀ, ਕੀ ਹਾਲ ਹੈ? ਕੀ ਹਾਲ ਹੈ ਰੱਜੀ? ਰੱਜੀ ਮੈਂ ਤੇਰੇ ਨਾਲ ਗੱਲ ਕਰਨ ਆਇਆ, ਹੋਇਆ ਕੀ ਹੈ ਤੈਨੂੰ? ਤੂੰ ਬੋਲਦੀ ਕਿਉਂ ਨਹੀਂ? ਗੱਲ ਸੁਣ ਮੇਰੀ, ਇੱਧਰ ਆ। ਮੈਂ ਪਾਗਲ ਹਾਂ ਜਿਹੜਾ ਤੈਨੂੰ ਬੁਲਾਈ ਜਾਂਦਾ? ਬਸ ਇੰਨਾ ਕੀ ਪਿਆਰ ਸੀ? ਉਹ ਤਾਂ ਬੜਾ ਕਹਿੰਦੀ ਸੀ ਤੇਰੇ ਨਾਲ ਰਹੂੰ, ਤੇਰਾ ਸਾਥ ਦਊਂ ਸਾਰੀ ਜ਼ਿੰਦਗੀ, ਇਹਦਾ ਮਤਲਬ ਟਾਈਮ ਪਾਸ ਹੀ ਸੀ ਤੇਰਾ। ਉਹ ਮੈਂ ਕੁਛ ਪੁੱਛ ਰਿਹਾ, ਜਵਾਬ ਦੇ। ਨਹੀਂ ਗੱਲ ਕਰਨੀ ਤੇਰੇ ਨਾਲ, ਪਾਗਲ ਹੋ ਗਿਆ ਤੂੰ। ਹਾਂ ਹੁਣ ਤਾਂ ਪਾਗਲ ਲੱਗਣਾ ਹੀ ਆ, ਲੱਭ ਲੈ ਹੁਣ ਹੋਰ ਕੋਈ। ਤੁਹਾਡੀ ਕੁੜੀਆਂ ਦੀ ਜਾਤ ਹੀ ਹੋ ਜਾਂਦੀ। ਛੱਡ ਮੈਨੂੰ, ਗੱਲ ਸੁਣ ਲਾ, ਗੋਲੀ ਮਾਰ ਦੂੰ ਜੇ ਕਿਸੇ ਹੋਰ ਨਾਲ ਦਿਸ ਗਈ ਮੈਨੂੰ। ਇੰਜੈਕਸ਼ਨ ਦੇ।
ਭਾਈ ਉਹ ਕਿਵੇਂ ਹੋ? ਬਦਾਮ ਲੈਣ ਆਏ ਹੋ? ਉਹ ਬਦਾਮ ਤਾਂ ਨਹੀਂ ਖਤਮ ਹੁੰਦੇ ਉਹ ਯਾਰ, ਇੱਕ ਚੱਕਰ ਜਿਹਾ ਪੈ ਗਿਆ ਜੀ। ਕੀ? ਇਹਨੇ ਜਗਰੂਪ ਨੂੰ ਪੈਸੇ ਦਿੱਤੇ ਸੀ, ਹੁਣ ਉਹ ਵਾਪਸ ਨਹੀਂ ਕਰ ਰਿਹਾ, ਫੀਸ ਭਰਨੀ ਆ ਇਹਨੇ ਹੁਣ। ਨਹੀਂ ਆਹ ਬੜੀ ਟੂੰਡੀ ਲਾਟ ਹੈ ਜਿਹੜਾ ਚੱਕ ਕੇ ਉਹਨੂੰ ਪੈਸੇ ਦਿੱਤੇ। ਕਾਹਨੂੰ ਯਾਰ ਮਿੰਟੂ, ਜੋ ਸਾਲਾ ਮਹਾਨੇ ਕਹਾਂ ਇੱਕ ਹਫ਼ਤੇ ਮੈਂ ਪੈਸੇ ਦੁੱਗਣੇ ਕਰਦੇ ਹਾਂ। ਮਹਾਨੇ ਆਪਣੀ ਫੀਸ ਵਾਲਾ 10,000 ਰੁਪਇਆ ਉਸਨੇ ਦੇ ਦੇ ਹਾਂ, ਇਹ ਸਾਲਾ ਮੋੜਾ ਨਾ ਲਾਰੇ ਲਾਈ ਜਾਹਾਂ। ਪਹਿਲਾਂ ਤਾਂ ਮੈਨੂੰ ਆਹ ਦੁੱਗਣੇ ਕਰਨ ਵਾਲਾ ਚੱਕਰ ਸਮਝਾ। ਉਹ ਯਾਰ ਚੱਕਰ ਕੁਛ ਨਹੀਂ, ਹਰਿਆਣੇ 'ਚੋਂ ਸਸਤੀ ਸ਼ਰਾਬ ਲਿਆ ਕੇ ਨਾ ਦੁੱਗਣੀ ਕਰਕੇ ਇੱਧਰ ਵੇਚਦਾ। ਟਾਟਾ ਸਾਹਿਬ ਕਹਿੰਦੇ ਮੈਂ ਵੀ ਬਿਜ਼ਨਸ ਕਰਨਾ, ਫਸਾ ਲਏ ਪੈਸੇ ਹੁਣ। ਚੰਗਾ ਹੁਣ ਬੋਲ ਜੇ ਨਾ ਸੈੱਟ, ਚਲੋ ਆ ਜਾਓ ਕਰਦੇ ਹਾਂ ਗੱਲ। ਕੁਛ ਕਰ ਦੇ ਮੈਂਟੂ, ਮੇਰੇ ਤਾਂ ਆਪ ਦੇ ਵੀ ਡੁੱਬ ਗਏ ਬਾਈ। ਉਹ ਹਰਿਆਣੇ ਵਾਲੇ ਬਾਰਡਰ ਕੋਲੇ ਚੈਕਿੰਗ ਚੱਲਦੀ ਸੀ, ਸਾਰੀ ਥਾਰੂ ਸੁੱਟਣੀ ਪੈ ਗਈ, ਦਾਰੂ ਕਾਹਦੀ ਸਾਲੀ ਜਾਨ ਹੀ ਸੁੱਟ ਕੇ ਆਇਆ। ਇਲਾ ਤਾਂ ਹੁਣ ਕੋਈ ਕਰਨਾ ਹੀ ਪਊ, ਜੇ ਫੀਸ ਨਾ ਭਰੀ ਨਾ ਇਹਦਾ ਤਾਂ ਸਾਲ ਮਰ ਜੂ। ਇਹ ਤਾਂ ਘਰਕਿਆਂ ਤੇ ਵੀ ਨਹੀਂ ਮਿਲਣੇ ਵੀਰ। ਗੱਲ ਸੁਣ, 8,000 ਕਰਦੇ ਫੀਸ ਭਰਨ ਜੋਗੇ, ਬਾਕੀ ਫੇਰ ਦੇਖ ਲਾਂਗੇ। ਬਾਈ ਹੁਣ ਤਾਂ ਸ਼ੀਸ਼ੀ ਜੋਗੇ ਵੀ ਹੈ ਨਹੀਂ, ਇੱਕ ਜੁਗਾੜ ਹੋ ਸਕਦਾ ਪਰ ਥੋੜ੍ਹਾ ਜਿਹਾ ਰਿਸਕੀ ਹੈ। ਕੀ? ਸ਼ਰਮਾ ਪੈਟਰੋਲ ਪੰਪ ਵਾਲਿਆਂ ਦਾ ਕੈਸ਼ੀਅਰ ਨਾ ਕੱਲ੍ਹ ਨੂੰ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਜਾਊ, 2 ਦਿਨ ਦੀ ਕਮਾਈ ਹੋਊ ਉਹਦੇ ਕੋਲ। ਕਈ ਵਾਰ ਸਕੀਮ ਲਾਈ ਲੁੱਟਣ ਦੀ ਪਰ ਜੇਰਾ ਨਹੀਂ ਪਿਆ। ਤੇਰੇ ਨਾਲ ਇਹ ਕੰਮ ਕਰ ਸਕਦਾ ਮੈਂ। ਲੋਕ ਤਾਂ ਕਿਹਾ ਹੀ ਕਰਦੇ ਸੀ ਪਰ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਲੱਗ ਰਿਹਾ ਸੀ ਕਿ ਮੈਂ ਡਾਕੂਆਂ ਦਾ ਮੁੰਡਾ। ਪੁਰਾਣੇ ਵੇਲਿਆਂ 'ਚ ਡਾਕੂ ਘੋੜਿਆਂ 'ਤੇ ਡਾਕੇ ਮਾਰਨ ਜਾਇਆ ਕਰਦੇ ਸੀ ਅਤੇ ਅਸੀਂ ਮੋਟਰਸਾਈਕਲ 'ਤੇ ਜਾ ਰਹੇ ਸੀ। ਡਾਕੂ ਵੀ ਅਸੀਂ ਗਰੀਬ ਹੀ ਸੀ, ਜੇਬ 'ਚ 50 ਰੁਪਏ ਸੀ ਜਿਨ੍ਹਾਂ 'ਚੋਂ 15 ਦਾ ਤੇਲ ਪਵਾ ਲਿਆ ਅਤੇ ਬਾਕੀ ਬਚੇ ਕਿਸੇ ਲੋੜ ਖਾਤਰ ਜੇਬ 'ਚ ਪਾ ਲਏ। ਬੇਬੀ ਮੋਟਰਸਾਈਕਲ ਰੋਕ, ਜੱਟ ਨਾ ਜਰਦਾ ਲਾਉਣਾ ਮੰਗਦਾ। ਯਾਰ ਤੂੰ ਹੋਸਟਲ ਜਾ ਕੇ ਲਾ ਲਈ ਜਿਹੜਾ ਕੁਛ ਲਾਉਣਾ, ਐਸੀ ਲਾਉਣਾ ਵੀਰੇ ਜੱਟ ਨੂੰ ਤੋੜ ਲੱਗੀ ਐ। ਲੰਮਰ ਲੈ ਲਾ, ਆ ਇੱਕ ਜਰਦੇ ਦੀ ਪੂੜੀ ਦਿਓ ਜੀ। ਆਪਾਂ ਲੇਟ ਹੋ ਜਾਂਗੇ, ਪਾਪਾ ਗੁੱਸੇ ਹੋਣਗੇ, ਬੈਂਕ ਬੰਦ ਹੋ ਜੂ। ਬੈਂਕ ਵਾਲੀ ਕਿਹੜੀ ਗੱਲ ਆ ਯਾਰ, ਬੈਂਕ ਦੀਆਂ ਤਣੀਆਂ ਤਾਂ ਜੱਟ ਹੱਥਾਂ ਚ ਫਸਾਈ ਫਿਰਦਾ। ਗੰਦ ਵਾਲੀ ਕਿੱਥੋਂ ਆ ਗਈ ਗੱਲ ਯਾਰ, ਕੀ ਹੋ ਗਿਆ ਗੰਦ ਨੂੰ, ਕਿਹੜਾ ਗੰਦ ਪਾਇਆ ਹੈ? ਇਹ ਤਾਂ ਜੀ ਬਸ ਐਵੇਂ। ਚੱਲ 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 ਮੇਰਾ ਵੀਰ, ਆ ਜਾ ਮੇਰਾ ਭਰਾ। ਚੱਜ ਭੀੜੀ ਜਿੱਦ ਜੀ ਕਰੀ ਜਾਂਦਾ ਵੀਰ, ਬੰਦਾ ਬਣ ਕੇ ਬਹਿ ਜਾ ਸਾਲਾ। ਬਹਿਣਾ ਹੀ ਆ, ਹੋਰ ਮੈਂ ਰਹਿਣਾ ਯਾਰ, ਕਮਾਲ ਕਰੀ ਜਾਂਦਾ। ਚੱਲ ਚੰਗਾ ਜੀ।
ਕੀ ਹੋ ਗਿਆ? ਓਏ ਟੁੱਟ ਗਈ, ਲੱਤ ਟੁੱਟ ਗਈ। ਓ ਕੁਛ ਨਹੀਂ ਹੁੰਦਾ, ਤੂੰ ਤਕੜਾ ਹੋ। ਮੈਂ ਗਰਮੀ ਟੂ ਮੈਨੂੰ ਮਾਰ ਕੇ ਲੰਘ ਜਾ, ਨਹੀਂ ਦੋਵੇਂ ਭਾ ਜਾਗੇ। ਓ ਮੇਰੇ ਭਰਾ, ਮੈਂ ਤੈਨੂੰ ਹਸਪਤਾਲ ਲੈ ਕੇ ਜਾਊਂ? ਕਿਉਂ ਘਬਰਦਾ ਤੂੰ? ਜਾ ਤੂੰ, ਕੈਮ ਹੋ ਮਾਰ ਜਾਗੇ। ਰੋਕਿਓ ਜੀ, ਰੋਕਿਓ, 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 ਰੋਕਿਓ। ਸਾਡਾ ਐਕਸੀਡੈਂਟ ਹੋ ਗਿਆ ਜੀ, ਸ਼ਿਕਾਰ ਖੇਡ ਕੇ ਆਉਂਦੇ ਸੀ, ਟਰੈਕਟਰ ਵਾਲਾ ਮਾਰ ਕੇ ਲੰਘ ਗਿਆ ਸੀ। ਆ ਜਾਓ ਜੀ, ਮਰ ਜੂਗਾ ਇਹ, ਲੈ ਚਲੋ ਜੀ ਚੱਕੇ ਨੂੰ। ਠੀਕ ਹੈ, ਤੈਨੂੰ ਛੱਡ ਕੇ ਮੈਂ ਨਿਕਲ ਜੂ, ਤੂੰ ਫਿਕਰ ਨਾ ਕਰ, ਤੇਰਾ ਹਿੱਸਾ ਤੈਨੂੰ ਮਿਲ ਜੂ। ਕੁਰਸੀ ਲਿਆ, ਕੀ ਹਾਲ ਆ ਮਿੱਤਰਾ? ਠੀਕ ਹੈ ਜੀ। ਨਾਂ ਕੀ ਹੈ ਤੇਰਾ? ਰੋਬਿਨਜੀਤ ਸਿੰਘ। ਕਿਉਂ ਝੂਠ ਬੋਲਦਾ? ਮੈਂ ਚੰਗੀ ਤਰ੍ਹਾਂ ਜਾਣਦਾ ਤੈਨੂੰ, ਮਿੰਟੂ ਹੈ ਨਾ ਤੂੰ ਗੁਰੂਸਰ ਯੋਧਾ ਵਾਲਾ। ਕਿਹੜੇ ਚੱਕਰਾਂ ਤੁਰਿਆ ਫਿਰਦਾ ਯਾਰ, ਕਬੱਡੀ ਦਾ ਐਡਾ ਵਧੀਆ ਪਲੇਅਰ ਹੁੰਦਾ ਸੀ ਤੂੰ, ਮੈਂ ਦੇਖਿਆ ਮੇਲਿਆਂ 'ਚ ਤੈਨੂੰ ਰੇਡਾਂ ਪਾਉਂਦਿਆਂ। ਨਸ਼ਾ ਪੱਤਾ ਕਰਦਾ ਕੋਈ? ਨਸ਼ਾ ਕਰਨਾ ਤਾਂ ਕੀ ਹੈ ਜੀ, ਕਦੇ ਸੁਣਿਆ ਵੀ ਨਹੀਂ ਆਪਾਂ। ਦੇਖ ਲੈ ਹੁਣ ਤਾਂ ਹੋ ਜੂ ਕੋਈ ਹਿੱਲਾ। ਲਿਆ ਦੋ ਜੀ ਫਿਰ। ਕੀ ਚਾਹੀਦਾ? ਜੋ ਕੁਛ ਹੈਗਾ ਲਿਆ ਦੋ ਜੀ, ਸਭ ਕੁਛ ਛੱਕ ਲਈਦਾ। ਅਲਰ ਖਾ ਕੇ ਤਗੜਾ ਹੋ ਜਾ, ਆਥਣੇ SHO ਸਾਹਿਬ ਨੇ ਆ ਜਾਣਾ, ਪੈਗ ਬਾਹਰੋਂ ਲਾ ਕੇ ਆਣਗੇ ਤੇ ਕਾਲਜਾ ਤੇਰਾ ਖਾਣਗੇ। ਇਹ ਪਤਾ ਨਹੀਂ ਕੀ ਕਹਿ ਗਿਆ, ਪਰ ਥਾਣੇ 'ਚ ਆਉਣ ਦਾ ਨਜ਼ਾਰਾ ਬਹੁਤ ਆ। ਪਾਣੀ ਤਾਂ ਦੇ ਦਿੰਦੋ। ਸ਼ਰਾਬ ਦੀ ਹਵਾੜ ਨਾਲ ਭਰੇ ਕਮਰੇ 'ਚ ਥਾਣੇਦਾਰ ਨੇ ਮੈਨੂੰ ਰੱਜ ਕੇ ਕੋਟਾ ਚਾੜਿਆ। ਉਹ ਕਚੀਚੀਆਂ ਲੈਂਦਾ ਰਿਹਾ ਪਰ ਮੈਂ ਕਿਸੇ ਦਾ ਨਾਮ ਨਹੀਂ ਲਿਆ। ਥੱਕ ਹਾਰ ਕੇ ਉਹ ਮੈਨੂੰ ਉੱਥੇ ਹੀ ਛੱਡ ਕੇ ਚਲਾ ਗਿਆ। ਉੱਧਰ ਹੁਣ ਦੁਪਹਿਰੇ ਖਾਧੀ ਭੁੱਕੀ ਨੇ ਵੀ ਮੇਰਾ ਸਾਥ ਛੱਡ ਦਿੱਤਾ ਅਤੇ ਚੱਡਿਆਂ ਦੇ ਪਏ ਪੜਾਕੇ ਮੇਰੇ ਕੰਨਾਂ 'ਚ ਗੂੰਜਣ ਲੱਗ ਪਏ। ਸਰੀਰ ਦਾ ਹੇਠਲਾ ਹਿੱਸਾ ਮੈਨੂੰ ਅੱਡ ਹੋ ਗਿਆ ਜਾ ਪਿਆ। 307 ਵਾਲੇ ਮੁਕੱਦਮੇ ਦੇ ਬਾਅਦ ਕਿਸੇ ਵੱਡੇ ਕੇਸ 'ਚ ਮੇਰੀ ਪਹਿਲੀ ਗ੍ਰਿਫਤਾਰੀ ਸੀ ਅਤੇ ਪੁਲਿਸ ਦੀ ਕੁੱਟ ਵੀ ਪਹਿਲੀ ਵਾਰ ਖਾਧੀ ਸੀ। ਹੁਣ ਮੈਨੂੰ ਵੱਖ ਵੱਖ ਥਾਣਿਆਂ ਵਾਲੇ ਰਿਮਾਂਡ 'ਤੇ ਲਿਜਾਣ ਲੱਗ ਪਏ। ਜ਼ਿੰਦਗੀ ਨੇ ਕਿੱਥੋਂ ਕਿੱਥੇ ਲਿਆ ਸੁੱਟਿਆ ਸੀ, ਪਰ ਖੁਦ ਨੂੰ ਇਸ ਪਾਸੇ ਲਿਆਉਣ ਲਈ ਪਹਿਲਾ ਪੈਰ ਮੈਂ ਹੀ ਪੱਟਿਆ ਸੀ ਅਤੇ ਹੁਣ ਮੇਰਾ ਅੰਜਾਮ ਪੁਲਿਸ ਅਤੇ ਅਦਾਲਤ ਨੇ ਤੈਅ ਕਰਨਾ ਸੀ। ਆ ਗਏ ਬੇਬੇ ਅਤੇ ਬਾਪੂ ਨੂੰ ਸਾਹਮਣੇ ਖੜਾ ਦੇਖ ਮੈਂ ਪੁਲਿਸ ਦੀ ਕੁੱਟ ਵਾਲਾ ਦਰਦ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਸਤਿ ਸ਼੍ਰੀ ਅਕਾਲ ਪੁੱਤ। ਲੱਗਦਾ ਮਾਤਾ ਨੂੰ ਨਹੀਂ ਸੁਣੀ ਮੇਰੀ ਸਤਿ ਸ਼੍ਰੀ ਅਕਾਲ। ਫਿਰ ਤੂੰ ਹੀ ਸੁਣ ਲੈਂਦਾ, ਕਿਉਂ ਕੰਨਾਂ ਚੁੰਗਲਾ ਪਾ ਕੇ ਫਿਰਦਾ ਰਿਹਾ? ਤੁਰ ਪਿਆ ਨਾ ਪਿਓ ਦਾਦੇ ਦੀ ਲੀਹ, ਬਣ ਗਿਆ ਨਾ ਫਿਰ ਉਹੀ ਡਾਕੂਆਂ ਦਾ ਮੁੰਡਾ। ਚੁੱਪ ਕਰ, ਕੁਛ ਨੀ ਹੋਇਆ ਇਹਨੂੰ, ਪਰਵਾਹ ਨਾ ਕਰੀ ਪੁੱਤ, ਤਗੜਾ ਰਹੀ ਤਗੜਾ, ਛੇਤੀ ਕਰਾ ਲੂ ਮੈਂ ਤੇਰੀ ਜ਼ਮਾਨਤ। ਚੱਲ ਛੱਡ। ਮਿੰਟੂ ਬਾਈ, ਜੇਲ੍ਹ 'ਚ ਪੱਖਾ ਪੁੱਖਾ ਹੁੰਦਾ ਭਲਾ? ਲੈ ਹੋਰ ਕੀ ਨਾ, ਜਦੋਂ ਬੱਤੀ ਵੀ ਜਾ ਵੜਦੀਆਂ ਨਾ ਪੁਲਿਸ ਵਾਲੇ ਆਪ ਪੱਖੀਆਂ ਝੱਲਦੇ ਆ ਕੈਦੀਆਂ ਨੂੰ, ਹੁਣ ਗੁੱਸੇ ਵਾ। ਅੱਛਾ ਫਿਰ ਤਾਂ ਮੌਜਾ ਯਾਰ, ਤੂੰ ਮਾਰ ਲਈ ਡਾਕਾ, ਲੈ ਲਈ ਸਾਰਿਆਂ ਦੀ ਸੇਵਾ ਦੇ ਨਜ਼ਾਰੇ। ਮੈਨੂੰ ਡਾਕਾ ਮਾਰਨਾ ਪਊ।
ਮਿੰਟੂ ਉਹ ਮਿੰਟੂ ਉਹ ਮਿੰਟੂ ਉੱਠ ਉਹ ਬੱਲੇ ਆ ਗਿਆ ਮੇਰੀਆਂ ਜਾਨਾ ਆ ਜਾਓ ਬੈਠੋ ਲੈ ਬਦਾਮ ਕ ਬਦਾਮ ਰੋਗਨ ਉਹ ਕੀ ਹੋ ਗਿਆ ਸੀਰੀਅਸ ਹੈ ਕਿਉਂ ਤੂੰ ਚੱਲ ਬਸ ਉੱਠ ਚੱਲ ਪਸਤੌਲ ਦੇ ਨਾ ਪਸਤੌਲ ਦੇ ਮਿੰਟੂ ਠੰਡਾ ਰਹਿ ਆਰਾਮ ਨਾਲ ਗੱਲ ਕਰੀ ਤੂੰ ਦੇ ਯਾਰ ਮੈਨੂੰ ਕੋਈ ਅਲੱਗ ਨਹੀਂ ਕਰ ਸਕਦਾ ਚੱਲ ਚੱਲੀ ਮੈਂ ਹੈਗਾ ਤੇਰੇ ਨਾਲ ਮੈਂ ਸਭ ਠੀਕ ਕਰ ਦੂੰ ਚੱਲ ਤੂੰ ਬਹੁਤ ਦੇਰ ਕਰਦੀ ਮਿੰਟੂ ਹੁਣ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਕਿਉਂ ਨਹੀਂ ਜਾ ਸਕਦੀ ਐ ਨਾ ਕਰ ਯਾਰ ਮੈਂ ਤੈਨੂੰ ਬਹੁਤ ਖੁਸ਼ ਰੱਖੂ ਭਰੋਸਾ ਤਾਂ ਕਰ ਮੇਰੇ ਬਹੁਤ ਕਰਕੇ ਦੇਖ ਲਿਆ ਤੈਨੂੰ ਇਹ ਕਾਲੀ ਦੁਨੀਆ ਤੋਂ ਵਾਪਸ ਆਉਣ ਲਈ ਤਰਲੇ ਵੀ ਕੀਤੇ ਸੀ ਪਰ ਤੂੰ ਨਹੀਂ ਮੁੜਿਆ ਤੇ ਮੈਂ ਕਿਸੇ ਗੁੰਡੇ ਦੇ ਨਾਲ ਜ਼ਿੰਦਗੀ ਨਹੀਂ ਜੀ ਸਕਦੀ ਗੁੰਡਾ ਨਹੀਂ ਹਾਂ ਮੈਂ ਕੀ ਹੋ ਗਿਆ ਰਜੀ ਚੁੱਪ ਕਰਕੇ ਖੜੇ ਰਹੋ ਇੱਥੇ ਖੜੇ ਰਹੋ ਆਖਰੀ ਵਾਰ ਪੁੱਛ ਰਹੇ ਚੱਲੇਗੀ ਕਿ ਨਹੀਂ ਤੂੰ ਮੈਨੂੰ ਮਾਰ ਹੀ ਦੇ ਤੇਰੇ ਨਾਲ ਰਹਿ ਕੇ ਤੇ ਰੋਜ਼ ਰੋਜ਼ ਮਰਨ ਨਾਲੋਂ ਇੱਕੋ ਵਾਰੀ ਮਰਨਾ ਚੰਗਾ ਇੱਕ ਦੇ ਜਾਣ ਨਾਲ ਜ਼ਿੰਦਗੀ ਥੋੜੀ ਰੁਕ ਜਾਂਦੀ ਹੁੰਦੀ ਹੈ ਬੰਦੇ ਨੂੰ ਆਪਣਾ ਸਹਾਰਾ ਆਪ ਹੀ ਬਣਨਾ ਪੈਂਦਾ ਯਾਰ ਮਿੰਟੂ ਇੱਕ ਗੱਲ ਹੋਰ ਮੇਰਾ ਵੀਜ਼ਾ ਆ ਗਿਆ ਯਾਰ ਕੋਈ ਡਰ ਹੁਣ ਨਹੀਂ ਆਉਂਦਾ
चल आ चलिए, बाहर सारे उड़ीक रहे हैं, हौसला कर, डरी धनी हूं। चंगा नहीं किता रजिए, सुपने भी हंजुआ नाली बहा गए। मिंटो यार तो छड़ दे ओ दा खेड़ा, आपां ओ तो सोनी लेके आवांगे। ना रूह तो किते इश्क दा कोई पतल नहीं होता, पावे सजन छड़ जाए पर ओदे बिन कोई होर नहीं होंदा। वाह मिंटू यार, तू तो शायर बन गया यार। अच्छा चला जा किप्पे नूं भी सुनाने आ, चल की पता किप्पा उठी जावे। किप्पे ओ किप्पे ले दारू पिला यार। ओ भाई इन्हू ना पी यार। क्यों तेनू पता इहदी बेबे साडे नाल लड़दी हुंदी आ कि मेरा मुंडा तुसी नशे ते लाया। फिर ओह किहड़ा गलत कहिंदी है। बबे शहरी दे हाल तो उस बकरे हरकी होंदी है जिसे मुरे छोले भी पहने ते कसाई दा चुरा भी। बबे नचिए? नचांगे भाई, पर तेरी उस कविता ते नचांगे। आया कि पे नचिए चला जा की ओ रूह तो किते कोई बदल नहीं हुंदा, पावे सज्जन छड़ जाए पर उदे वर्गा कोई होर नहीं हुंदा। मिंटू भाई उठा। क्यों हो गया भाई? आप सर फोन नहीं पिक किया जी उन्होंने। दूजे मुंडे नूं ला। हाँ जी काले। हाँ भाई आ गल कर मंत्री साहब नाल। हाँ भाई। हाँ भाई। हाँ जी मंत्री जी सत श्री अकाल। की रिपोर्ट है पत्रकार दी? रिपोर्ट है नोके मंत्री जी। नाले मेरे हुंदे होए रिपोर्ट दी टेंशन का तो लेने हो तुसी? आ बेचारा मेरे मूरे हथ बन्नी बैठा गा। ओ तो बालियां उरलियां परलियां जां ना मारी जा, जगह गड्ड के रखियां देते ਕਿਸੇ ਨਾਲ ਗੱਲ ਨਾ ਕਰਨ ਦਈਆਂ ਨੂੰ। ਲੈ ਮੰਤਰੀ ਜੀ ਫੇਰ ਉਹੀ ਗੱਲ, ਤੁਸੀਂ ਮੇਰੇ ਹੁੰਦੇ ਹੋਏ ਕਾਹਤੋਂ ਡਰੀ ਜਾਂਦੇ ਹੋ? ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ,
ਉਧਰ ਭਾਊਗਾ ਭਰਿਆ ਬੈਠਾ ਹੈਗਾ। ਜਬ ਕਾਲਾ ਇਜ਼ ਹੇਅਰ ਵਾਈ ਟੈਂਸ਼ਨ ਇਜ਼ ਦੇਅਰ। ਆ ਕੀ ਇਡੀਅਟ ਭਰਤੀ ਕੀਤਾ ਓਏ। ਮਿੰਟੂ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ। ਹਾਂਜੀ। ਮੈਂ ਮਾਫ਼ੀ ਚਾਹੁੰਦਾ, ਮੈਂ ਇਹ ਕੇਸ ਨਹੀਂ ਲੜ ਸਕਦਾ। ਦੇਖੋ, ਮੈਂ ਖੁਦ ਨੂੰ ਤਾਂ ਖਤਰੇ 'ਚ ਪਾ ਸਕਦਾ, ਪਰ ਆਪਣੇ ਪਰਿਵਾਰ ਨੂੰ, ਨਾਲੇ ਸਾਡੇ ਕੰਮਾਂ ਦੇ ਨਤੀਜੇ ਸਾਡੇ ਪਰਿਵਾਰ ਨੂੰ ਭੁਗਤਣ। ਵਕੀਲ ਦੀ ਗੱਲ ਤਾਂ ਸਹੀ ਹੈ, ਸਾਡੇ ਕੰਮਾਂ ਦੇ ਨਤੀਜੇ ਸਾਡੇ ਪਰਿਵਾਰ ਕਿਉਂ ਭੁਗਤਣ, ਜਿਵੇਂ ਮੇਰੇ ਬਾਪੂ ਨੂੰ ਭੁਗਤਣੇ ਪਏ। ਸੂਬੇ ਦੀ ਮਾਰਕੁੱਟ ਵਾਲੇ ਜਿਸ ਮੁਕੱਦਮੇ 'ਚ ਸਾਨੂੰ ਜ਼ਮਾਨਤ ਮਿਲੀ ਸੀ, ਬੱਬੀ ਦੀ ਮੌਤ ਦੇ ਬਾਅਦ ਸ਼ਰੀਕਾਂ ਨੇ ਉਸਦੀ ਪੈਰਵਾਈ ਹੋਰ ਤੇਜ਼ ਕਰ ਦਿੱਤੀ ਅਤੇ ਉਸ ਮੁਕੱਦਮੇ 'ਚ ਇਰਾਦਾ ਕਤਲ ਦੇ ਦੋਸ਼ਾਂ ਹੇਠ ਮੈਨੂੰ ਅਤੇ ਬਾਪੂ ਨੂੰ ਸੱਤ ਸਾਲ ਦੀ ਕੈਦ ਹੋ ਗਈ। ਆਪਣੀ ਭੋਰਾ ਵੀ ਪਰਵਾਹ ਨਹੀਂ ਸੀ ਮੈਨੂੰ, ਫਿਕਰ ਬਾਪੂ ਦਾ ਸੀ ਕਿਉਂਕਿ ਉਹਦੀ ਸਿਹਤ ਬਹੁਤ ਜ਼ਿਆਦਾ ਢਿੱਲੀ ਸੀ। ਬਲਦੇਵ ਸਿੰਘ ਜੀ, ਚਲੋ ਤਲਾਸ਼ੀ ਦੇ। ਬਲਜਿੰਦਰ ਸਿੰਘ ਹਾਂਜੀ, ਚਲੋ ਤਲਾਸ਼ੀ ਦੇ। ਆ ਕੀ ਆ ਵੀ ਝੋਲੇ 'ਚ? ਕੁੜਤਾ ਪਜਾਮਾ ਜੀ। ਚੱਲ ਤਲਾਸ਼ੀ ਕਰਾ। ਜਨਾਬ, ਇੱਕ ਬੇਨਤੀ ਹੈ ਜੀ। ਮੇਰਾ ਬਾਪੂ ਬਿਮਾਰ ਰਹਿੰਦਾ ਜੀ, ਉਹਦੀ ਦਵਾਈ ਬੂਟੀ ਦਾ ਖਿਆਲ ਰੱਖਣਾ ਪੈਂਦਾ, ਸਾਨੂੰ ਇੱਕੋ ਬੈਰਕ 'ਚ ਪਾ ਦਿਉ ਜੀ, ਤੁਹਾਡੀ ਬਹੁਤ ਮਿਹਰਬਾਨੀ ਹੋਊ। ਇਹ ਤਾਂ ਹੁਣ ਗਿਣਤੀ ਦੇ ਹਿਸਾਬ ਨਾਲ ਹੀ ਹੋਊ, ਐਂ ਕਿ ਮੈਂ ਤੁਹਾਡੀ ਮਰਜ਼ੀ ਨਾਲ ਬੈਰਕ ਦੇ ਦੂੰ ਤੁਹਾਨੂੰ? ਜਨਾਬ, ਮਿੰਨਤ ਵਾਲੀ ਗੱਲ ਹੀ ਹੈ ਜੀ। ਉਹ ਮੇਰੀ ਮਿੰਨਤ ਮੁੰਨਤ ਕਰਨ ਦਾ ਕੋਈ ਫਾਇਦਾ ਨਹੀਂ, ਕਿਹੜਾ ਗਿਣਤੀ ਦੇ ਹਿਸਾਬ ਨਾਲ ਚੱਲ ਜਾਓ, ਵੱਡੇ ਸਾਹਿਬ ਆਣਗੇ ਉਹਨਾਂ ਨਾਲ ਕਰਦੀ ਗੱਲ। ਹੁਣ ਤੇਰੇ ਆਉਂਦੇ ਸਾਨੂੰ ਅਫਸਰਾਂ ਨਾਲ ਗੱਲ ਕਰਨੀ ਪਊ ਪੰਡਤਾ। ਆਓ ਸਰਪੰਚ ਸਾਹਿਬ ਆਓ। ਸਤਿ ਸ੍ਰੀ ਅਕਾਲ ਤਾਇਆ ਜੀ। ਉਹ ਜਿਉਂਦਾ ਰਹਿ ਸ਼ੇਰਾ, ਸਤਿ ਸ੍ਰੀ ਅਕਾਲ। ਆ ਵੀ ਭਲਵਾਨਾ ਤਕੜਾ ਹੈ, ਤੂੰ ਤਾਂ ਯਾਰ ਬੁੜੇ ਵਾਂਗੂ ਖੰਘੀ ਜਾਂਦਾ। ਪੰਡਿਤ ਜੀ, ਇਹਨਾਂ ਨੂੰ ਸਾਡੀ ਬੈਰਕ 'ਚ ਪਾ ਦਿਓ। ਤੁਸੀਂ ਵੀ ਸਰਪੰਚ ਸਾਹਿਬ ਰੁੰਗੇ 'ਚ ਹੀ ਝੁੰਗਾ ਲੈ ਜਾਂਦੇ ਹੋ। ਪੰਡਤਾ, ਤੇਰਾ ਸਮਾਨ ਅਗਲੀ ਮੁਲਾਕਾਤ 'ਚ ਆਜੂ, ਆਓ ਵੀ ਚੱਲੀਏ। ਆ ਜਾ ਬਈ। ਉਦਣ ਪੈਗ ਲੱਗੇ ਸੀ ਸਰ ਹੋਰਾਂ ਦੇ ਵੱਧ, ਆਪਾਂ ਕੀ ਕੀਤਾ, ਟਰੱਕ ਦੇ ਭੁਲੇਖੇ 'ਚ SSP ਦੀ ਗੱਡੀ ਘੇਰ ਲਈ। ਮੈਂ ਕਿਹਾ ਓਵਰਲੋਡ ਹੀ ਜਾਂਦਾ ਹੈ ਚਲਾਨ ਕਟਾ। ਬਈ ਜਦੋਂ ਯਾਰ ਜੀ ਨੇ ਸ਼ੀਸ਼ੇ ਵਿਧੀ ਅੰਦਰ ਵੇਖਿਆ, ਅੰਦਰ ਬੈਠੀ ਸਿਰੇ ਦੀ ਰਨ ਜਮਾਂ ਅੱਤ। ਮੈਂ ਗਲਾ ਜਿਹਾ ਸਾਫ਼ ਕਰਕੇ ਕਿਹਾ, ਔਰ ਮੈਂ ਕਿਹਾ ਸਾਲਿਆ, ਔਰ ਤੂੰ ਚਲਾਨ ਚਲੂਨ ਨੂੰ ਛੱਡ, ਔਰ ਪਹਿਲਾਂ ਇਹ ਦੱਸ ਵੀ ਇੰਨਾ ਸੋਹਣਾ ਪੁਰਜਾ ਕਿੱਥੋਂ ਚੱਕਿਆ? ਉਹ ਫੇਰ ਕੀ, ਉਹਨਾਂ ਨੇ ਇਹਦੇ ਪੁਰਜੇ ਖੋਲਤੇ, ਥਾਣੇਦਾਰ ਇਹਨੂੰ ਜੀਪ ਦੇ ਮੂਹਰੇ ਲਾ ਕੇ ਨਾ ਥਾਣੇ ਤੱਕ ਇਹਦਾ ਮੱਕੂ ਠੱਪਦਾ ਆਇਆ। ਅਣਮਨੁੱਖ ਦੀ ਛੱਦਤ ਹੋਇਆ ਮੇਰੇ ਨਾਲ, ਆਈ ਵਿਲ ਸੀ ਹਿਮ। ਦੇਖੋ ਜੀ, ਇਹ ਨੇ ਸਾਡੇ ਜਾਲੀ ਨਾਕੇ ਲਾਉਣ ਵਾਲੇ ਸਕੀਮੀ ਕੋਟੇ ਦੇ DTO ਸਾਹਿਬ। ਓਏ ਮੁੰਡਿਓ, ਇਹ ਪਿੰਡੋਂ ਮੇਰਾ ਭਰਾ ਅਤੇ ਇਹ ਮੇਰਾ ਭਤੀਜ। ਤੁਸੀਂ ਐਂ ਕਰੋ, ਉਹ 2 ਨੰਬਰ ਬੈਰਕ ਨਾ ਉਹਦੇ 'ਚ ਚੱਲੋ, ਮੈਂ ਆਉਣਾ। ਚਲੋ ਸਾਰੇ ਇੱਧਰ ਆਓ। ਚਲੋ ਵੀ ਮੁੰਡਿਓ, ਬੰਦੀ ਹੋ ਗਈ। ਸਰਪੰਚਾ, ਗਿਣਤੀ ਸ਼ੁਰੂ ਕਰ। ਪਲਵਾਨਾ, ਤੂੰ ਤਾਂ ਹੁਣੇ ਡਿੱਗੀ ਜਾਂਦਾ, ਤਕੜਾ ਰਿਹਾ ਕਰ, ਨਾਲੇ ਤੇਰਾ ਕਿਹੜਾ ਪਹਿਲੀ ਵਾਰੀ ਵਾਹ ਪਿਆ ਜੇਲ ਨਾਲ, ਮੌਜਾਂ ਮਾਣਿਆ ਕਰ। ਜਿੱਥੇ ਜ਼ਿੰਦਗੀ ਦੀ ਕੈਦ ਦੇ 50 ਸਾਲ ਕੱਟ ਲਏ ਨਾ, ਉੱਥੇ ਆ 7 ਸਾਲ ਵੀ ਲੰਘ ਜਾਣਗੇ। ਆ ਹੁਣ ਮੇਰੇ ਵੱਲ ਵੇਖ, 20 ਸਾਲ ਹੀ ਹੋਈ ਹੈ, ਕਦੇ ਪੂਰਾ ਸੰਸਾ ਨਹੀਂ ਕੀਤਾ, ਬੁੱਲੇ ਵੱਢੀ ਦੇ ਨੇ। ਨਾਲੇ ਜੇਲ ਵਰਗੀ ਤਾਂ ਜਗ੍ਹਾ ਹੀ ਕੋਈ ਨੀ, ਨਾ ਹੈ ਨਾ ਖੈ ਕਹਿ। ਹੇ ਵਾਹਿਗੁਰੂ, ਤੇਰਾ ਹੀ ਆਸਰਾ। ਬਸ ਕਰ, ਬੈਰਕ ਨੰਬਰ 2।
ਸਭ ਅੱਛਾ ਭਾਈ ਓਏ। ਆ ਵੀ ਬਣਦਾ ਆ ਗਿਆ ਸਮਾਨ ਲੈਤੀ ਜੇ ਤੋਂ ਤੇ ਆਫੜ ਗਈ ਮਾਲ ਗੱਡੀ ਏ ਓਏ ਆ ਜਾ ਜਨਾਬ ਕਿੰਨੇ 400 ਜਨਾਬ ਦੋ ਹੋਰ ਤਾਂ ਦਿਓ ਖੋਖੇ ਦਾ ਖਾਣਾ ਭਾਲ ਦਾ ਜੇਲ੍ਹ ਚ 400 ਦੀਆਂ 4 ਬੀੜੀਆਂ ਵੈਸੇ ਅਫਸਰ ਕੋਟਾ ਹੋਣਾ ਚਾਹੀਦਾ ਚੁੱਪ ਕਰ ਜਾ ਸਾਲਿਆ ਨਹੀਂ ਤਾਂ ਆਪ ਹੀ ਖੋਲੂੰਗਾ ਜਿਹੜੀਆਂ ਦਿੱਤੀਆਂ ਦੋ ਸਮਝ ਗਿਆ ਇਹਦਾ ਕੰਮ ਚੰਗਾ ਸਾਲੇ ਦਾ ਬਾਹਰੋਂ ਲਿਆ ਕੇ 5 ਦਾ ਵੰਡਲ ਅੰਦਰ 5000 ਦਾ ਵੇਚ ਦਿੰਦਾ ਕੋਈ ਨੀ ਕੱਢਦੇ ਕਿਸੇ ਦਿਨ ਚਲਾਨ ਇਹਦਾ ਵੀ ਪਾਣੀ ਲੈ ਬਾਪੂ ਲੈ ਬਾਪੂ ਉਹ ਦਵਾਈਆਂ ਦਵਾਈਆਂ ਰਹਿਣ ਦੇ ਯਾਰ ਦਵਾਈਆਂ ਨਾਲ ਕੁਛ ਨੀ ਬਣਨਾ ਮੈਨੂੰ ਤਾਂ ਨਸ਼ਾ ਲਿਆ ਦੇ ਪੁੱਤ ਚੰਗਾ ਬਾਪੂ ਮੈਂ ਸਰਪੰਚ ਤਾਏ ਨਾਲ ਗੱਲ ਕਰਦਾ ਚੱਲ ਬਈ ਮਾਰੋ ਪਹਿਲਵਾਨਾ ਬਾਲ ਦੇ ਦੇ ਮੁੰਡਿਆਂ ਨੂੰ ਯਾਰ ਖੇਡਣ ਦੇ ਜੇ ਹੈਗਾ ਕਿਸੇ ਦੇ ਬੋਰ ਚ ਪਾਣੀ ਤਾਂ ਲੈ ਜੇ ਆ ਕੇ ਤਾਏ ਜੀ ਹਾਂ ਪੁੱਤਰਾ ਬਾਪੂ ਬਹੁਤ ਔਖਾ ਉਹਦਾ ਨੀ ਸਰਦਾ ਨਸ਼ੇ ਬਿਨਾ ਤੂੰ ਫਿਕਰ ਨਾ ਕਰ ਕੋਈ ਨਾ ਕੋਈ ਇੰਤਜ਼ਾਮ ਹੋ ਜੂ ਉਹ ਮਾਲ ਗੱਡੀ ਹੈ ਨਾ ਹਾਂਜੀ ਇਹਨੇ ਤੁਹਾਡਾ ਮੁਲਾਜ਼ਾ ਕੀਤਾ ਸੀ ਨਾ ਹਾਂਜੀ ਹਾਂਜੀ ਉਹਦੀ ਡਿਊਟੀ ਲਾਉਂਦੇ ਆ ਉਹ ਇਹ ਕਰਦਾ ਸਾਰੇ ਕੰਮ ਹੈ ਥੋੜਾ ਲਾਲਚੀ ਪਰ ਆਪਣਾ ਜੁਗਾੜ ਹੋ ਜੂਗਾ ਵੱਡੀ ਆ ਕੱਪੜੇ ਧੋਣਾ ਵੈਸੇ ਅਫਸਰਾਂ ਦਾ ਕੰਮ ਨਹੀਂ ਐਟ ਹੋਮ ਆਪਾਂ ਹਰ ਕੰਮ ਲਈ ਕਰੇ ਨੌਕਰੀ ਕੱਪੜਾ ਲੀੜਾ ਲਾ ਐਵਰੀਥਿੰਗ ਅਫਸਰੋ ਫਿਰ ਇੱਥੇ ਲਈ ਵੀ ਰੱਖ ਲਓ ਕੋਈ ਬੰਦਾ ਨੋ 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 ਆਈ ਲਾਈਕ ਵਰਕਿੰਗ ਹੇਅਰ ਆ ਪੂਤਲੀ ਦੇ ਇਹ ਸਾਲੀ ਮਾਲ ਗੱਡੀ ਦਾ ਵੀ ਕਿਸੇ ਦਿਨ ਚਲਾਨ ਕੱਟਣਾ ਪਊਗਾ ਚਲੋ ਚਲੋ ਜਲਦੀ ਕਰੋ ਚੱਕੋ ਚੱਕੋ ਕੋਈ ਜਣਾ ਥੱਲੇ ਚਲੋ ਬੜਿਆ ਉੱਠ ਨਾ ਕੜਾਹਾ ਕੁਛ ਨੀ ਹੋਇਆ ਤੈਨੂੰ ਜਨਾਬ ਸੱਚੀ ਉਹ ਬਿਮਾਰ ਹੈ ਜੀ ਮੈਂ ਲਵਾ ਦਿੰਦਾ ਉਹ ਦਵਾਈ ਦਵੂਈ ਦਵਾ ਲੈ ਇਹਨੂੰ ਬਿਮਾਰ ਹੈ ਇਹ ਬਾਪੂ ਤੂੰ ਬੈਰਕ ਚ ਜਾ ਕੇ ਆਰਾਮ ਕਰ ਅਸੀਂ ਆਉਂਦੇ ਚੰਗਾ ਦਵਾਈ ਲੈ ਲਈ ਉਹ ਕੀ ਕਰੀ ਜਾਂਦਾ ਬਾਈ ਚੱਕ ਤਾਂ ਸਹੀ ਤੂੰ ਹੀ ਚੱਕ ਲੈ ਤੇਰੇ ਚ ਜ਼ੋਰ ਜ਼ਿਆਦਾ ਲੱਗਦਾ ਉਹ ਤੂੰ ਰਹਿਣ ਦੇ ਪਹਿਲਵਾਨਾ ਅਸੀਂ ਆਪ ਹੀ ਲਾ ਲਾਂਗੇ ਤੂੰ ਰਹਿਣ ਦੇ ਸਰਪੰਚਾ ਇਹਨੂੰ ਚੱਕਣ ਦੇ ਜ਼ਿਆਦਾ ਜ਼ੋਰ ਦਿਖਾਉਂਦਾ ਵੇਲੇ ਕੀ ਦਿਖਾਉਣਾ ਓਏ ਕੱਟ ਕੇ ਦਾਲ ਚ ਫਰਾਈ ਕਰਕੇ ਖਾ ਜਾਊ ਓਏ ਕੀ ਕਰਦਾ ਪਹਿਲਵਾਨਾ ਮੇਰਾ ਭਤੀਜਾ ਇਹ ਹੋਣ ਦੋ ਤਾਏ ਜੀ
ਦੇਖਦੇ ਆ ਕੌਣ ਕਿਤੇ ਫਰਾਈ ਕਰਕੇ ਖਾਂਦਾ ਹੈ। ਕੀ ਗੱਲ ਹੈ ਜਮਾ? ਅਈ ਸ਼ਾਬਾਸ਼, ਠੀਕ ਹੈ ਭਲਵਾਨਾ, ਮੈਦਾਨ ਚ ਮਿਲਦੇ ਆ, ਤਿਆਰੀ ਖਿੱਚ। ਕੁੰਡੀਆਂ ਦੇ ਸਿੰਘ ਅੜ ਗਏ, ਹੁਣ ਨਿਤਰੂ ਬੜੇ ਮੇ ਖਾਣੀ। ਚਾਰ ਨੰਬਰ ਬੈਰਕ ਵਾਲੇ ਕੈਦੀ ਤੇ ਨਿਗਾਹ ਰੱਖਿਓ। ਮਿੰਟੂ। ਹਾਂਜੀ। ਜੇਲ੍ਹ ਤਬਦੀਲੀ ਦੇ ਹੁਕਮ ਆਏ ਨੇ। ਤਾਂ ਹੈ ਜੀ, ਬਾਪੂ ਦੀ ਹਾਲਤ ਤਾਂ ਦੇਖੋ, ਇਹ ਤੋਂ ਤੁਰਿਆ ਨਹੀਂ ਜਾਂਦਾ, ਇਹ ਤਾਂ ਨਹੀਂ ਜਾ ਸਕਦਾ ਹਾਲੇ। ਪੁੱਤਰਾ ਤੂੰ ਇਕੱਲੇ ਨੇ ਜਾਣਾ? ਤਾਂ ਹੈ ਜੀ, ਮੈਂ ਬਾਪੂ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਦੇਖ ਮਿੰਟੂ, ਪੁੱਤਰਾ ਜਾਣਾ ਤਾਂ ਪੈਣਾ। ਤਾਂ ਹੈ ਜੀ, ਤੁਸੀਂ ਸਿਫਾਰਿਸ਼ ਪਵਾ ਕੇ ਤਬਦੀਲੀ ਰੁਕਵਾ ਦਿਓ। ਬੇਟਾ, ਉਤੋਂ ਹੁਕਮ ਆਏ ਨੇ, ਮੈਂ ਇਹਦੇ 'ਚ ਕੁਛ ਨਹੀਂ ਕਰ ਸਕਦਾ, ਮਜਬੂਰ ਹਾਂ। ਬਾਪੂ, ਮੈਂ ਤੈਨੂੰ ਛੱਡ ਕੇ ਨਹੀਂ ਜਾਣਾ। ਪਹਿਲਾਂ ਹੀ ਤੈਨੂੰ ਮੇਰੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ, ਪਾਪੀ ਹਾਂ ਮੈਂ ਤੇਰਾ। ਓ ਨਾ ਕਮਲਿਆ, ਕਦੇ ਕੋਈ ਪੁੱਤ ਵੀ ਪਿਓ ਦਾ ਪਾਪੀ ਹੋਇਆ? ਤੂੰ ਤਾਂ ਹੀਰਾ ਪੁੱਤ ਆ ਮੇਰਾ। ਔਖਾਂ ਜਿਹਾਂ ਦੀ ਉਮਰ ਤਾਂ ਬਹੁਤ ਥੋੜ੍ਹੀ ਹੁੰਦੀ, ਘੱਟ ਹੋ ਜਾਣਗੀਆਂ। ਜ਼ਿੰਦਗੀ 'ਚ ਬੰਦੇ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ ਕਈ ਵਾਰ, ਪਰ ਖਿੰਡੀ ਹੋਈ ਜ਼ਿੰਦਗੀ ਇਕੱਠੀ ਕੀਤੀ ਜਾ ਸਕਦੀ। ਤੇਰੇ ਕੋਲ ਬਥੇਰੀ ਉਮਰ ਹੈ ਪੁੱਤ, ਬੀਬਾ ਪੁੱਤ ਬਣ ਕੇ ਕੱਟੀ ਜ਼ਿੰਦਗੀ ਪੈ ਜਾ। ਹੁਣ ਸਵੇਰੇ ਜਾਣਾ ਤੂੰ, ਬੈਰਕ ਨੰਬਰ 2 ਸਭ ਅੱਛਾ ਹੈ ਭਾਈ ਓਏ। ਤਬਦੀਲੀ ਵਾਲੀ ਸਵੇਰ ਮੈਂ ਤੇ ਬਾਪੂ ਇੱਕ ਦੂਜੇ ਦੇ ਗਲ ਲੱਗ ਕੇ ਬਹੁਤ ਰੋਏ, ਪਰ ਕਾਨੂੰਨ ਦਾ ਫੈਸਲਾ ਤਾਂ ਮੰਨਣਾ ਹੀ ਪੈਣਾ ਸੀ ਤੇ ਮੈਂ ਫਿਰੋਜ਼ਪੁਰ ਜੇਲ੍ਹ ਆ ਗਿਆ। ਚੱਲ ਬਾਈ,
सुपरिटेंडेंट साहब ने बुलाया। लुधियाने जेल तो फोन आया सी, तेरा बापू पूरा हो गया। भेज सकते, जे कोई तेरा बॉन्ड भरना आएगा ताइयो भेज सकांगे। कोई ना, कल मॉर्निंग तक कोई ना कोई आ ही जाएगा, फिर भेज देंगे। जनाब कोई आया जी मेरे पिंड? ना। मेरे बापू का संस्कार है जी, कोई ना कोई आऊगा जरूर, निगाह रखियो। कोई ना। जनाब हाँ आया जी कोई? वो हाले तक तो आया नहीं कोई। कोई ना, तू इत्थे बह के डिग ले। हुण तां साहब भी चले गए, जे कोई पिछों आ भी गया तां भी हुण कुछ नहीं होना। किड्डा बदकिस्मत सी मैं जिहड़ा बापू सारी उम्र मेरे लिए कचहरियां दे धक्के खांदा रहा, जेलां कटदा रहा, मैनूं उहदी चिता नूं अग देना भी नसीब ना होया। बापू की मौत ने मैनू बुरी तरह तोड़ के रख दिता, ते हुण मेरे नशे होर भी वध गए सन। जेल च जो भी नशा मिलता मैं कर लैंदा, जिंदगी जीवन की कोई लालसा नहीं सी। मैनू जिंदगी किसी हनेरे खूह च बहुत डूंगी डिग पई लगती सी।
एक बत्ती लवाई भी दे। बेबी बेबी मिंटू तू आ गया पुत्र आजा उठ गया पुत किन्ने दिनों बाद घर आए हैं रात मां नाल कोई गल भी नहीं कीती वे चाह बनावा तेरे वास्ते मिंटू वे बोलता नहीं वे आ की अंदर फोला फोली करी जाने की चाहिदा तेनू मिंटू वे पुत वे हारे वे आता मैं सौदे वास्ते रखे सी पैसे आ कानू ले चल लिया ना मिंटू हाय वे रब्बा कदे मेरी भी जून सुधरो की आवे गड़े आ जिया आ जंदे आ फ्री दा समान लेन जे हुन मेरा गड़ खड़काया ना थपड़े मार मार मुंह पान दूं चल भज जा तू मैं कद खड़काया एन खड़काया ऊही मारी जांदी है की बात नहीं गल हां की है दो लगड़ पैसे की हाल है भाई भाई ये जनानी बाली कपी हैगी है ना ओई भौंकदी रहंदी हर वेले ओई दोबा तेनु चाशनी च अला बड़ दो क्या से इतने पैसे च इतनी मिलूगी चल जाए तो होर पाल दा भाई किथे जाना मैं छड्या वा तेरा हां आ चली चल बह जा मेरा मोटरसाइकिल चल दिया मरिया नहीं हले बह जाओ हां भाई की हाल है हुण प्लास्टर लाता पर लत तेरी अजे सही तरह जुड़ी नहीं कट्टनी भी पै सकती है ते जे इहनू सही तरह जोड़ना है तां तैनू बिल्कुल नशा छड्डना पऊगा उंज नशा छड्डना कोई औखा नहीं जिदा जिदा बंदा करन लई यूज्ड हो जांदा है उदा छड्डन लई भी यूज्ड हो जांदा है बस स्ट्रोंग विल पावर दी जरूरत है इस सारे प्रोसेस दौरान तोड़ लगूगी जदों तोड़ लगे इहदे सिर ते ठंडा पानी पाउणा इहदियां तलियां चसणियां ते तू पानी जिन्ना पी सके उन्ना वधिया लाइफ इज प्रीशियस इहनू नशियां च ना गाड़ ख्याल कर
ਛੱਡੇਗਾ ਨਾ ਨਸ਼ਾ? ਵੈਰੀ ਗੁੱਡ, ਲਿਆਓ ਸਿਸਟਰ। ਆਜਾ ਬਾਈ, ਬਚਾ ਕੇ ਆਰਾਮ ਨਾਲ। ਦੇਖੀ ਪੁੱਤਾਂ ਧਿਆਨ ਨਾਲ। ਆਜਾ ਆਜਾ, ਲੱਤ ਤਾਂ ਹੀ ਰੱਖੀ ਭਾਰ ਨਾ ਦੇਣ ਵਾਲਾ। ਠੀਕ ਹੈ ਪੁੱਤ? ਆਹੋ ਬੀਬੀ, ਹੁਣ ਤਾਂ ਪਹਿਲਾਂ ਨਾਲੋਂ ਕੁਛ ਠੀਕ ਹੈ। ਚੱਲ ਪਰਮਾਤਮਾ ਭਲੀ ਕਰੂਗਾ। ਕੋਈ ਨਾ, ਲੈ ਆਊਗਾ। ਤੂੰ ਅੰਬੋ, ਉਹ ਤਾਂ ਕਹਿੰਦਾ ਲਿਆ ਕੇ ਦੇ। ਕੋਈ ਨਾ ਪੁੱਤ, ਤੂੰ ਉਹਦੀ ਗੱਲ ਹੀ ਨਾ ਗੌਲ, ਆਪੇ ਟਿਕ ਜੂਗਾ। ਤੂੰ ਪੁੱਤ ਬਣਿਆ ਐਂ ਕਰ, ਛੇਤੀ ਦੇ ਕੇ ਤੋਤੀ ਦੀ ਹੱਟੀ ਤੋਂ ਨਾ ਜਾ ਖੰਡ ਲਿਆ। ਆ ਲੈ, ਠੀਕ ਹੈ, ਜਾ ਮੇਰਾ ਸ਼ੇਰ। ਕਿਵੇਂ ਮਿੰਟੂ ਭਾਈ, ਹੁਣ ਸਮਾਨ ਲਿਆ, ਸਮਾਨ ਲਿਆ। ਉਹ ਯਾਰ, ਮੈਂ ਸਾਰਿਆਂ ਤੇ ਜਾਇਆ, ਕਿੱਥੋਂ ਨਹੀਂ ਮਿਲਿਆ? ਤੂੰ ਸਲਾਮ ਮੰਗਿਆ ਨਹੀਂ ਹੋਣਾ ਕਿਸੇ ਤੋਂ। ਮੰਗਿਆ ਸੀ, ਮੈਨੂੰ ਨਹੀਂ ਪਤਾ। ਮੈਨੂੰ ਲੈ ਕੇ ਦੇ, ਮੇਰੀ ਜਾਨ ਨਿਕਲਦੀ ਜਾਂਦੀ ਹੈ, ਲਿਆ ਕੇ ਦੇ। ਜਾ, ਤੂੰ ਜਾ ਸਲਿਆ, ਤੂੰ ਲਿਆ ਕੇ ਦੇ। ਗੋਲੀਆਂ ਭੁੱਕੀ ਚੋ ਮਿਲਦਾ ਲਿਆ ਦੇ। ਓਏ ਮਰ ਗਿਆ। ਕੀ ਹੋਇਆ ਪੁੱਤ? ਨਸ਼ਾ ਲਿਆ ਦੇ ਮੈਨੂੰ, ਮਰ ਗਿਆ ਮੈਂ। ਲਿਆ ਲਿਆ ਪੁੱਤ, ਮੈਂ ਤੇਰੀਆਂ ਸਲੀਆਂ ਚਸਤਾ। ਉਹ ਚੜ ਦੇ ਇਹਨੂੰ, ਉਦੋਂ ਮੈਨੂੰ ਨਸ਼ਾ ਲਿਆ ਦੇ। ਮੈਂ ਠੰਡਾ ਪਾਣੀ ਲੈ ਕੇ ਆਈ ਪੁੱਤ, ਮੈਂ ਸਿਰ ਸਿਰ ਤੇ ਪਾ ਦਿਆ ਰੇ ਡਰਾਮੇ। ਸਾਰ ਹੋ ਗਿਆ ਮੇਰਾ, ਮਰ ਜੂਗਾ ਮੈਂ। ਉਹ ਮੈਨੂੰ ਨਸ਼ਾ ਲਿਆ ਦੇ, ਠੀਕ ਹੋ ਜਾ। ਮਰ ਗਿਆ ਮੈਂ, ਹੌਸਲਾ ਕਰ, ਡਾਕਟਰ ਮਿਲ ਗਿਆ ਸੀ। ਚੰਗਾ ਭਾਬੀ, ਜਿਹੜਾ ਕੁਛ ਤੇਰਾ ਪੁੱਤ ਖਾਂਦਾ ਉਹ ਤਾਂ ਹੈ ਨੀ। ਆਹ ਭੁੱਖੀ ਹੈ ਥੋੜੀ ਜੀ, ਇਹ ਤੂੰ ਲੈ ਲਈ। ਘਿਓ ਦੀ ਗੰਦੀ ਰਾਤ ਹੈ, ਮਾਂ ਨੂੰ ਨਸ਼ੇ ਮੰਗਣ ਵਾਲਾ।
जिंदगी बहुत तंगियां देखी है पुत, पर तेरी मां किसी के करतार की कौली नहीं मंगण गई, तू मैनु नशे मंगण लाता। मैं तो क्यों घर पट लगे, तेरिया जेलां जमीना खा गई, मैं मर जू तेरे मौत दे मुंह निकल के आया तू, अजे भी बंदा नहीं बना तेरे, तेरे कुछ नहीं बचे पुत, मां बची है इन्हू भी बेच के खा जी। मां बची है तेनू भी बेच के खा जी। मेरा नशे मंगल लाता कोई भी लड़ाई मर के नहीं जीती जा सकती। उस रात नशे की तोड़ मूरे मैं पहली बार हिक डाही, वार तकड़े सी पर चर गया। कैसे हैं बग्गी? मैं तो ठीक हाँ भाई। 15,000 तेनू तो पता है मिंटू भाई, इन्ने पैसे अपने कोल कित्थे ने? तू छड्ड इहनू, होर कोई काम लभ लै पुत, बथेरे काम ने। तू नौकरी ते लग जाएगा ना, एहो जिया बथेरिया बन जानियां। सत श्री अकाल सर। सर मैं सुही सवेर अखबार का पत्रकार हाँ, मैं नशा तस्करी के मामले च कुछ सवाल करने से तुहानू। मैनू लगता तू भट्ठे ते लगे है। राय साहब यह भंडारी भी कुत्ते का हड्ड ही आ, जे वक्रा झटका ही हुंदा घट्टो घट साफ सुथरा झटकाया करे।
ਇਹਨੂੰ ਦੇਖ ਲਓ, ਪੱਤਰਕਾਰ ਘੱਟ ਦਿਹਾੜੀਆਂ ਵੱਧ ਲੱਗਦਾ। ਸਰ ਤੁਸੀਂ ਮੇਰੇ ਹੁਲੀਏ ਦਾ ਖਿਆਲ ਛੱਡੋ, ਆਹ ਮਲੋਟ ਵਾਲੀ ਸੁਨੀਤਾ ਜਿਹੜੀ ਸ਼ਰਿਆਂ ਨਸ਼ਾ ਵੇਚਦੀ ਹੈ, ਪੁਲਿਸ ਉਸ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀ? ਕੀ ਸਬੂਤ ਆ ਤੇਰੇ ਕੋਲ? ਕਿਉਂਕਿ ਸਰ ਮੈਂ ਆਪ ਉਸ ਦੁਨੀਆਂ 'ਚੋਂ ਨਿਕਲ ਕੇ ਆਇਆ ਅਤੇ ਮੈਂ ਤੁਹਾਨੂੰ ਅਕਸਰ ਉੱਥੇ ਆਉਂਦੇ ਜਾਂਦੇ ਦੇਖਿਆ। ਉਹ ਕਾਕਾ ਜੀ, ਪਹਿਲਾਂ ਪੱਤਰਕਾਰੀ ਸਿੱਖ ਕੇ ਆਓ, ਕਿਵੇਂ ਸੀਨੀਅਰ ਅਫਸਰਾਂ ਨਾਲ ਗੱਲ ਕਰਨੀ ਹੈ ਤੁਹਾਨੂੰ ਤਮੀਜ਼ ਨਹੀਂ ਹੈ? ਚੱਲ ਬਾਹਰ, ਆਇਆ ਵੱਡਾ ਪੱਤਰਕਾਰ। ਜੀਤ, ਕੱਢ ਬਾਹਰ ਸਾਲੇ ਨੂੰ, ਪਰਚਾ ਦੇ ਕੇ ਅੰਦਰ ਕਰ ਦੂੰ। ਵਾਹ ਜੀ ਗੁਰਸਰੀਆ ਸਾਹਿਬ, ਤੁਹਾਡੀ ਖਬਰ ਦਾ ਅਸਰ ਤਾਂ ਦੇਖੋ, SHO ਸ਼ਰਮਾ ਸਸਪੈਂਡ ਕਰਾਤਾ ਤੇ ਹੁਣ ਵੇਖਿਓ ਆਪਣੀ ਅਖਬਾਰ ਦਾ ਸਰਕੂਲੇਸ਼ਨ ਕਿਵੇਂ ਵੱਧਦਾ। ਸਰ ਇਹ ਤਾਂ ਮੈਂ ਸ਼ੁਰੂਆਤ ਹੈ, ਮੈਂ ਤਾਂ ਨਸ਼ਿਆਂ ਦੀ ਅਸਲੀ ਜੜ ਨੂੰ ਕੱਢਣਾ। ਕੀ ਮਤਲਬ? ਇਸ਼ਾਰਾ ਕਿਹਦੇ ਵੱਲ ਹੈ? ਵਿਕਰਮ ਸਿੰਘ ਬਾਜਵਾ। ਪੱਤਰਕਾਰ ਸਾਹਿਬ ਕਿੱਦਾਂ, ਆਪਣੀ ਨਾ ਇਮਾਨਦਾਰੀ ਨੂੰ ਥੋੜਾ ਕਾਬੂ ਚ ਰੱਖਣਾ, ਜਿੱਦਾਂ ਕਿਹਾ ਨਾ ਉਦਾਂ ਕਰ ਲਿਓ। ਬਾਕੀ ਨਾ ਪਰਿਵਾਰ ਬਹੁਤ ਪਿਆਰਾ ਤੇਰਾ। ਯੋਰ ਆਨਰ, ਇਹ ਗੱਲ ਮੈਂ ਇਹਨਾਂ ਵਾਂਗੂ ਬਿਨਾਂ ਸਬੂਤ ਨਹੀਂ ਕਰ ਰਿਹਾ। ਇਹ ਰਿਹਾ ਸਬੂਤ। ਜੱਜ ਸਾਹਿਬ, ਇਸ ਫਾਈਲ 'ਚ ਜਨਾਬ ਪੱਤਰਕਾਰ ਸਾਹਿਬ ਬਾਰੇ ਉਹ ਸਾਰੀਆਂ ਖਬਰਾਂ ਲੱਗੀਆਂ ਨੇ ਜੋ ਇਹ ਸਾਬਤ ਕਰਦੀਆਂ ਨੇ ਕਿ ਇਹ ਕਿੰਨਾ ਗੁੰਡਾ ਤੇ ਬਦਮਾਸ਼ ਹੈ। ਇਹਦੇ ਤੇ ਲੁੱਟ ਖੋਹ ਤੇ ਇਰਾਦਾ ਕਤਲ ਦੇ ਪਤਾ ਨਹੀਂ ਕਿੰਨੇ ਕੇਸ ਦਰਜ ਨੇ, ਤੇ ਜੇਲ੍ਹ ਦੀ ਤਾਂ ਜਨਾਬ ਕਈ ਵਾਰੀ ਯਾਤਰਾ ਕਰ ਚੁੱਕੇ ਨੇ। ਇਹ ਬੰਦਾ ਮੇਰੇ ਮੋਕਲ ਤੇ, ਜੋ ਇੱਕ ਸਮਾਜ ਸੇਵੀ ਨੇ, ਜੋ ਸੂਬੇ 'ਚ 5 ਨਸ਼ਾ ਛਡਾਊ ਕੇਂਦਰ ਚਲਾ ਰਹੇ ਨੇ, ਉਹਨਾਂ ਤੇ ਬਿਨਾਂ ਕਿਸੇ ਸਬੂਤ ਦੇ ਡਰੱਗ ਸਮਗਲਰ ਹੋਣ ਦਾ ਇਲਜ਼ਾਮ ਲਗਾ ਰਿਹਾ। ਕੀ ਮਾਨਯੋਗ ਅਦਾਲਤ ਕਿਸੇ ਅਜਿਹੇ ਬੰਦੇ ਦਾ ਯਕੀਨ ਕਰੂਗੀ ਜੋ ਖੁਦ ਇੱਕ ਕ੍ਰਿਮੀਨਲ ਤੇ ਨਸ਼ੇੜੀ ਹੈ? ਮੇਰਾ ਖਿਆਲ ਹੈ ਐਡਵੋਕੇਟ ਵਰਮਾ ਵੀ ਇਸ ਗੱਲ ਨਾਲ ਸਹਿਮਤ ਹੋਣਗੇ। ਯੋਰ ਆਨਰ, ਮੈਂ ਆਪਣੇ ਕਾਬਲ ਦੋਸਤ ਵੱਲੋਂ ਮੇਰੇ ਮੁਵੱਕਿਲ ਤੇ ਲਾਏ ਹਰ ਇਲਜ਼ਾਮ ਨਾਲ ਸਹਿਮਤ। ਦੈਟਸ ਆਲ। ਆਰਡਰ, ਆਰਡਰ। ਗੁਰਸਰੀਆ ਸਾਹਿਬ, ਕੀ ਤੁਸੀਂ ਸਹਿਮਤ ਹੋ? ਜੱਜ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਕੁਝ ਬੋਲ ਸਕਦਾ? ਪ੍ਰੋਸੀਡ। ਸ਼ੁਕਰੀਆ ਸਰ। ਵਕੀਲ ਸਾਹਿਬ ਨੇ ਮੈਨੂੰ ਗੁੰਡਾ, ਬਦਮਾਸ਼ ਜੋ ਵੀ ਕਿਹਾ ਸਭ ਸੱਚ ਹੈ, ਮੈਂ ਕਿਸੇ ਗੱਲ ਤੋਂ ਮੁਨਕਰ ਨਹੀਂ ਹੁੰਦਾ। ਪਰ ਉਹ ਮੇਰਾ ਬੀਤਿਆ ਹੋਇਆ ਕੱਲ੍ਹ ਸੀ, ਜਦੋਂ ਮੈਂ ਨਸ਼ੇ ਅਤੇ ਗੁਨਾਹਾਂ ਦੀ ਦੁਨੀਆ 'ਚੋਂ ਬਾਹਰ ਆਇਆ ਤਾਂ ਮੈਂ ਸਹੁੰ ਖਾਧੀ ਕਿ ਮੈਂ ਆਪ ਤਾਂ ਇਸ ਦਲਦਲ 'ਚੋਂ ਬਾਹਰ ਨਿਕਲ ਆਇਆ, ਪਰ ਕਿਸੇ ਹੋਰ ਮਾਂ ਦੇ ਪੁੱਤ ਨੂੰ ਇਸ 'ਚ ਫਸ ਕੇ ਮਰਨ ਨਹੀਂ ਦੇਣਾ। ਜੱਜ ਸਾਹਿਬ, ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਈ ਲੀਡਰਾਂ ਅਤੇ ਅਫਸਰਾਂ ਨਾਲ ਸਿੱਧੇ ਮੱਥੇ ਟੱਕਰ ਲਈ। ਮੇਰੀਆਂ ਰਿਪੋਰਟਾਂ ਦੇ ਆਧਾਰ 'ਤੇ ਕਈ ਅਫਸਰ ਸਸਪੈਂਡ ਵੀ ਹੋਏ, ਪਰ ਮੇਰਾ ਅਸਲੀ ਮਕਸਦ ਨਸ਼ੇ ਦੀ ਸਪਲਾਈ ਲਾਈਨ ਨੂੰ ਕੱਟਣਾ ਸੀ, ਤੇ ਉਹ ਸਪਲਾਈ ਲਾਈਨ ਵਿਕਰਮ ਸਿੰਘ ਬਾਜਵਾ ਹੈ। ਆਰਡਰ, ਆਰਡਰ। ਯੋਰ ਆਨਰ, ਅਦਾਲਤ ਨੂੰ ਮੇਰੇ ਮੁਵੱਕਿਲ ਦੀ ਗਲਤੀ ਯਕੀਨ ਕਰਨਾ ਚਾਹੀਦਾ, ਕਿਉਂਕਿ ਇਹ ਨੌਜਵਾਨ ਆਪ ਉਸ ਭੈੜੀ ਦੁਨੀਆ ਦਾ ਬਾਸ਼ਿੰਦਾ ਰਹਿ ਚੁੱਕਿਆ ਜਿਹਨੂੰ ਬਾਜਵਾ ਸਾਹਿਬ ਵਰਗੇ ਲੀਡਰ ਆਪਣੇ ਸਵਾਰਥ ਲਈ ਨੌਜਵਾਨਾਂ ਦੀ ਬਲੀ ਦੇ ਕੇ ਜਾਂਦਾ ਰੱਖਦੇ ਨੇ। ਅਸੀਂ ਪਹਿਲਾਂ ਵੀ ਮਾਣਯੋਗ ਅਦਾਲਤ ਕੋਲ ਕਾਫੀ ਠੋਸ ਸਬੂਤ ਪੇਸ਼ ਕਰ ਚੁੱਕੇ ਹਾਂ, ਪਰ ਹੁਣ ਜਿਹੜੇ ਸਬੂਤ ਅਸੀਂ ਪੇਸ਼ ਕਰ ਰਹੇ ਹਾਂ ਉਹ ਮੰਤਰੀ ਸਾਹਿਬ ਤੇ ਨਸ਼ਿਆਂ ਦੇ ਵਪਾਰੀ ਹੋਣ ਤੇ ਪੱਕੀ ਬੋਲ ਲਾਉਂਦੇ। ਆ ਰਹੇ ਸਬੂਤ
ਕੇ ਗੱਲ ਹੋਊਗੀ। ਹੁਣ ਤੱਕ ਅਦਾਲਤ ਜਿੰਨੀਆਂ ਵੀ ਸੁਣਵਾਈਆਂ ਹੋਈਆਂ ਨੇ ਉਹਨਾਂ 'ਚ ਪੇਸ਼ ਕੀਤੇ ਗਏ ਤਮਾਮ ਸਬੂਤਾਂ ਅਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਦਾਲਤ ਵਿਕਰਮ ਸਿੰਘ ਬਾਜਵਾ ਨੂੰ ਦੋਸ਼ੀ ਕਰਾਰ ਦਿੰਦੀ ਹੈ ਅਤੇ ਇਸ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸੁਣਾਉਂਦੀ ਹੈ। ਸਜ਼ਾ ਦਾ ਐਲਾਨ ਆਉਣ ਵਾਲੀ 7 ਤਰੀਕ ਨੂੰ ਕੀਤਾ ਜਾਵੇਗਾ। ਤਦ ਤੱਕ ਇਸ ਨੂੰ ਨਿਆਇਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੰਦੀ ਹੈ। ਕੋਰਟ ਇਜ਼ ਅਡਜਰਨਡ। ਬੀਬੀ ਬੀਬੀ ਸੰਦੀਪ ਸ਼ਾਬਾਸ਼ ਪਾਪਾ ਅੰਕਲ ਕਹਿੰਦੇ ਜ਼ਿੰਦਗੀ ਜ਼ਿੰਦਾਬਾਦ। ਰੱਖ ਮੋਢਿਆਂ ਤੇ ਹੌਸਲੇ ਦਾ ਬਸਤਾ, ਦਈਏ ਪੜਨੇ ਮੁਸੀਬਤਾਂ ਨੂੰ ਪਾ, ਚਾਹੇ ਸੂਲਾਂ ਉੱਤੇ ਚੱਲ ਪੈਰ ਹੋ ਜਾਣ ਜ਼ਖਮੀ, ਤਾਂ ਵੀ ਲੱਭ ਲਈਏ ਜ਼ਿੰਦਗੀ ਦੇ ਰਾਹ, ਤਾਂ ਵੀ ਲੱਭ ਲਈਏ ਜ਼ਿੰਦਗੀ ਦੇ ਰਾਹ। ਕੁਝ ਕਿਹੋ ਜਿਹੇ ਹੀ ਰਾਹਾਂ ਦਾ ਰਾਹਗੀਰ ਹੈ ਮਿੰਟੋ ਗੁਰਸਰੀਆ, ਜਿਨ੍ਹੇ ਆਪਣੇ ਰਾਹ 'ਚ ਪਿੱਛਿਆਂ ਨਸ਼ਿਆਂ ਰੂਪੀ ਸੂਲਾਂ ਨੂੰ ਫੇਕੇ ਜ਼ਿੰਦਗੀ ਨੂੰ ਜ਼ਿੰਦਾਬਾਦ ਕੀਤਾ ਹੈ। ਮਿੰਟੂ ਗੁਰਸਰੀਆ ਅੱਜ ਇੱਕ ਸਫਲ ਪੱਤਰਕਾਰ, ਕਾਲਮ ਨਫੀਜ਼ ਤੇ ਰੇਡੀਓ ਅਨਾਉਂਸਰ ਹੈ। ਪੱਤਰਕਾਰੀ ਦੀ ਦੁਨੀਆ 'ਚ ਉਹਦਾ ਖੂਬ ਨਾਮ ਹੈ ਤੇ ਕਿਸੇ ਵੇਲੇ ਦਾ ਬਦਨਾਮ ਨਸ਼ੇੜੀ ਅੱਜ ਲੋਕਾਂ ਲਈ ਇੱਕ ਮਾਰਗ ਦਰਸ਼ਕ ਹੈ। ਕਦੇ ਜਿਸ ਪੁੱਤਰ ਦੀਆਂ ਭੈੜੀਆਂ ਆਦਤਾਂ ਕਾਰਨ ਮਾਂ ਦਾ ਘਰ ਉਜਾੜ ਬਣ ਗਿਆ ਸੀ, ਅੱਜ ਉਸੇ ਪੁੱਤਰ ਨੇ ਸਪੁੱਤਰ ਬਣ ਕੇ ਖੁਸ਼ੀਆਂ ਨਾਲ ਆਬਾਦ ਕਰ ਦਿੱਤਾ ਹੈ। ਜਿਸ ਘਰ 'ਚ ਕਦੇ ਸਿਰਫ ਤੇ ਸਿਰਫ ਉਦਾਸੀ ਤੇ ਦੁੱਖ ਛਾਏ ਰਹਿੰਦੇ ਸਨ, ਅੱਜ ਉੱਥੇ ਖੁਸ਼ੀਆਂ ਤੇ ਹਾਸਿਆਂ ਦੇ ਬੀਜ ਪੁੰਗਰਦੇ ਨੇ। ਮਿੰਟੂ ਗੁਰਸਰੀਆ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਆ ਕੇ ਖੁਦਗਰਜ ਨਹੀਂ ਹੋਇਆ, ਸਗੋਂ ਉਸਨੇ ਆਪਣੇ ਵਾਂਗ ਇਸ ਦਲਦਲ 'ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਦਾ ਜਿੰਮਾ ਚੁੱਕਿਆ ਹੋਇਆ ਹੈ। ਉਹ ਪਿੰਡ ਪਿੰਡ ਜਾ ਕੇ ਜ਼ਿੰਦਗੀ ਜ਼ਿੰਦਾਬਾਦ ਦਾ ਹੋਕਾ ਦੇ ਰਿਹਾ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਿਤ ਕਰ ਰਿਹਾ ਹੈ। ਉਹ ਸਮਾਜ ਨੂੰ ਵੀ ਇੱਕ ਸੰਦੇਸ਼ ਦੇ ਰਿਹਾ ਹੈ ਕਿ ਨਸ਼ਿਆਂ ਕਰਨ ਵਾਲਿਆਂ ਨੂੰ ਨਫ਼ਰਤ ਨਾ ਕਰੋ, ਸਗੋਂ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿਓ, ਕਿਉਂਕਿ ਨਸ਼ੇ ਦੀ ਤੋੜ ਨੂੰ ਪਿਆਰ ਤੇ ਸਤਿਕਾਰ